ਚੜਨ ਵਾਲੇ ਓ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ, ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ, ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ, ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ, ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ, ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ, ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ, ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ, ਖੇਡਣ ਜਾਣ ਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ, ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ, ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ, ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ, ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ, ਸਾਨੂੰ ਜ਼ਿੰਦਗੀ। ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਅਨੂ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ। ਤੁਸੀਂ ਮੇਰੇ ਨਾਲ ਇਹ ਪ੍ਰੋਗਰਾਮ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 5:55 ਤੱਕ। ਸਾਡੇ ਪ੍ਰੋਗਰਾਮ ਦਾ ਜ਼ਰੀਆ ਹੈ ਪਲੈਨਟ 104.6 FM, ਔਰ ਚੰਗਾ ਲੱਗਦਾ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਹੋ। ਇਸ ਵਕਤ ਆਸ ਹੈ ਕਿ ਅੱਜ ਵੀ ਤੁਸੀਂ ਸ਼ਾਮ 5:55 ਤੱਕ ਸਾਡੇ ਨਾਲ ਬਣੇ ਰਹੋਗੇ। ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ, ਅਸੀਂ ਇੱਕ ਹੀ ਗੱਲ ਤੇ ਅੱਜ ਫੋਕਸ ਆਪਣਾ ਸਾਰਾ ਰੱਖਾਂਗੇ। ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਤੁਹਾਨੂੰ ਅਸੀਂ ਇੱਕ ਇੰਟਰਵਿਊ ਸੁਣਾਈ ਸੀ ਇੱਥੇ
ਭਾਰਤ ਤੋਂ ਸਟੂਡੈਂਟ ਲੜਕੀ ਆਸ਼ਾ ਜਿਹੜੇ ਆਏ ਹੋਏ ਨੇ, ਉਹਨਾਂ ਦੀ 2 ਸਾਲਾ ਬੱਚੀ ਵੀ ਹੈ ਇਸ ਵਕਤ, ਉਹ ਔਰ ਹੋਰ ਵਿਦਿਆਰਥੀ ਜਿਨ੍ਹਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਨੇ ਚਰਚ ਵਿਚ, ਯੂਨੀਟੇਰੀਅਨ ਚਰਚ ਜਿਹੜਾ ਕਿ ਪੌਂਸਨ ਬੀ ਵਿਚ ਹੈ, ਉੱਥੇ ਪਨਾਹ ਲਈ ਹੋਈ ਹੈ। ਤੋ ਉਸ ਸਿਲਸਿਲੇ ਵਿਚ ਜੋ ਕੁਝ ਹੋ ਚੁੱਕਿਆ ਬੀਤੇ ਹਫ਼ਤੇ ਵਿਚ, ਬਹੁਤ ਜ਼ਿਆਦਾ ਅਹਿਮ ਅਪਡੇਟਸ ਨੇ ਔਰ ਇਹ ਜਿਹੜਾ ਮੁੱਦਾ ਹੈ, ਜਿਹੜਾ ਮਸਲਾ ਹੈ ਇਸ ਵਕਤ ਇੱਥੇ ਮੀਡੀਆ ਚ ਬਹੁਤ ਭਖਿਆ ਹੋਇਆ ਹੈ, ਤੋ ਉਹਦੇ ਤੇ ਗੱਲਬਾਤ ਕਰਾਂਗੇ। ਔਰ ਨਾਲ ਹੀ ਕੁਝ ਜਿਹੜੇ ਸਟੂਡੈਂਟਸ ਚਰਚ ਵਿਚ ਪਨਾਹ ਲੈ ਰਹੇ ਨੇ, ਉਹਨਾਂ ਨਾਲ ਵੀ ਸਿੱਧੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਉਹ ਉਹਨਾਂ ਨੂੰ ਇਹ ਸਾਰੇ ਮੈਸੀ ਕਵਾਂਗੀ ਮੈਂ, ਸਾਰਾ ਜਿਹੜਾ ਜੰਜਾਲ ਹੈ ਉਹਦੇ ਵਿਚ ਉਹ ਇਸ ਵਕਤ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਇੱਥੋਂ ਤੱਕ ਜਾਣਾ ਪਿਆ ਕਿ ਇੱਕ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਪਨਾਹ ਜਾਂ ਰੈਫਿਊਜ ਲੈਣਾ ਪਿਆ। ਤੋ ਇਹ ਜਿਹੜੀ ਸੰਖੇਪ ਵਿਚ ਤੁਹਾਨੂੰ ਇਹ ਵੀ ਦੱਸ ਚੱਲੀਏ ਕਿ ਹੋਇਆ ਕੀ ਹੈ ਕਿ ਇੱਥੇ ਬਹੁਤ ਜ਼ਿਆਦਾ ਵਿਦਿਆਰਥੀ ਆਉਂਦੇ ਨੇ ਭਾਰਤ ਤੋਂ ਉੱਚ ਵਿਦਿਆ ਹਾਸਲ ਕਰਨ ਲਈ। ਤੋ ਪਿਛਲੇ ਨਹੀਂ, ਉਸ ਤੋਂ ਪਿਛਲੇ ਸਾਲ 2015 ਵਿਚ ਕੋਈ ਮੇਰਾ ਖਿਆਲ 25-30 ਹਜ਼ਾਰ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਔਰ ਸਭ ਤੋਂ ਉੱਪਰ ਚੀਨ ਦਾ ਨੰਬਰ ਸੀ, ਦੂਜੇ ਸਥਾਨ ਤੇ ਭਾਰਤ ਤੋਂ ਵਿਦਿਆਰਥੀ ਆਉਂਦੇ ਨੇ ਔਰ ਉਹਦੇ ਵਿਚ ਕਾਫੀ ਵੱਡੀ ਗਿਣਤੀ ਜਿਹੜੀ ਹੈ ਨਾਰਥ ਇੰਡੀਆ ਤੋਂ ਜਾਂ ਪੰਜਾਬ ਤੋਂ ਆਉਂਦੇ ਨੇ ਵਿਦਿਆਰਥੀ ਔਰ ਕਾਫੀ ਭਾਰੀ ਗਿਣਤੀ ਹੈ ਜਿਹੜੀ ਵਿਦਿਆਰਥੀਆਂ ਦੀ, 100 ਚ ਗਿਣਤੀ ਹੈ, ਜਿਨ੍ਹਾਂ ਨੂੰ ਇੱਕ ਧੋਖਾਧੜੀ ਜਿਹੜੀ ਹੋਈ ਹੈ ਉਹਨਾਂ ਨਾਲ ਇੱਕ ਸਕੈਮ ਚ ਉਹਨਾਂ ਨੂੰ ਫਸਾਇਆ ਗਿਆ, ਕਿਉਂਕਿ ਜ਼ਿਆਦਾਤਰ ਇਹ ਵਿਦਿਆਰਥੀ ਇੱਥੇ ਪ੍ਰਾਈਵੇਟ ਕਾਲਜਿਸ ਜਿਹੜੇ ਨੇ ਉਹਨਾਂ ਚ ਪੜ੍ਹਦੇ ਨੇ ਔਰ ਆਉਂਦੇ ਵੀ ਏਜੰਟਸ ਦੇ ਥਰੂ, ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਏਜੰਟ ਦੇ ਥਰੂ ਹੀ ਉਹ ਐਪਲੀਕੇਸ਼ਨ ਕਰ ਸਕਦੇ ਨੇ। ਤੋ ਉਹ ਏਜੰਟਸ ਨੇ ਜਿਹੜੇ ਪਿੱਛੇ ਬੈਠੇ ਉਹਨਾਂ ਨੇ ਇਹਨਾਂ ਨਾਲ ਧੋਖਾ ਕੀਤਾ ਕਿ ਜਿਹੜਾ ਫਾਈਨੈਂਸ਼ੀਅਲ ਇੱਕ ਡਾਕੂਮੈਂਟ ਹੈ ਉਹ ਜਾਲੀ ਇਹਨਾਂ ਦੇ ਬਿਹਾਫ ਤੇ ਇਹਨਾਂ ਦੀ ਨੌਲੇਜ ਤੋਂ ਬਿਨਾਂ ਉਹ ਸਬਮਿਟ ਕੀਤਾ ਗਿਆ ਐਪਲੀਕੇਸ਼ਨ ਨਾਲ, ਵਿਦਿਆਰਥੀਆਂ ਨੂੰ ਬਿਲਕੁਲ ਕੁਝ ਪਤਾ ਨਹੀਂ ਸੀ। ਔਰ ਜਿਹੜਾ ਉਹ ਕਾਗਜ਼ ਹੈ ਉਹ ਵੀ ਮੈਂ ਤੁਹਾਨੂੰ ਥੋੜ੍ਹਾ ਐਕਸਪਲੇਨ ਕਰ ਦਿੰਦੀ ਹਾਂ ਕਿ ਜਦੋਂ ਕੋਈ ਵਿਦਿਆਰਥੀ ਇੱਥੇ ਐਜੂਕੇਸ਼ਨ ਲਈ ਅਪਲਾਈ ਕਰਦਾ ਹੈ ਬਾਹਰਲੇ ਮੁਲਕ ਤੋਂ, ਤੋ ਉਹਨਾਂ ਨੂੰ ਇੰਟਰਨੈਸ਼ਨਲ ਫੀਸ ਪੇ ਕਰਨੀ ਪੈਂਦੀ ਹੈ ਜਿਹੜੀ ਕਿ ਹਜ਼ਾਰਾਂ 'ਚ ਹੁੰਦੀ ਹੈ, 15-20 ਹਜ਼ਾਰ ਡਾਲਰ ਤੱਕ ਵਿਦਿਆਰਥੀ ਫੀਸ ਪੇ ਕਰ ਰਹੇ ਨੇ ਔਰ ਉਹਦੇ ਵਿੱਚੋਂ ਹੀ ਏਜੰਟ ਆਪਣਾ ਕਮਿਸ਼ਨ ਲੈਂਦਾ ਹੈ। ਕਾਫੀ ਸਿਚੁਏਸ਼ਨਸ ਵਿੱਚ ਉਹ ਜਿਹੜਾ ਪੂਰਾ ਲੰਪਸਮ ਪੇ ਕਰਦੇ ਨੇ ਉਹਦਾ 50-60% ਤਕਰੀਬਨ ਏਜੰਟ ਦਾ ਕਮਿਸ਼ਨ ਹੁੰਦਾ ਹੈ। ਉਸ ਤੋਂ ਇਲਾਵਾ ਇੱਥੋਂ ਦਾ ਕਾਨੂੰਨ ਇਹ ਡਿਮਾਂਡ ਕਰਦਾ ਹੈ ਕਿ ਜਿੰਨਾ ਵੀ ਅਰਸਾ, ਜਿੰਨਾ ਵਕਤ ਵਿਦਿਆਰਥੀ ਨੇ ਇੱਥੇ ਨਿਊਜ਼ੀਲੈਂਡ 'ਚ ਰਹਿਣਾ ਹੈ ਉਹਦਾ ਜਿਹੜਾ ਉਹ ਖਰਚ ਹੋਏਗਾ, ਲਿਵਿੰਗ ਐਕਸਪੈਂਸਿਸ ਹੋਣਗੇ ਨੇ, ਉਹ ਵੀ ਪਰੂਫ, ਉਹ ਫਾਈਨੈਂਸ ਦਾ, ਫੰਡਸ ਦਾ ਪਰੂਫ ਇਹਨਾਂ ਨੇ ਸ਼ੋਅ ਕਰਨਾ ਹੁੰਦਾ ਹੈ ਵੀਜ਼ਾ ਮਿਲਣ ਤੋਂ ਪਹਿਲਾਂ। ਤੋ ਪਰੂਫ ਜਿਹੜਾ ਹੈ ਕਿ ਹਰ ਇੱਕ ਕੋਲੋਂ ਫੰਡਸ ਨਹੀਂ ਹੁੰਦੇ, ਜਿਨ੍ਹਾਂ ਕੋਲ ਫੰਡ ਹੈਗੇ ਸੀ ਉਹਨਾਂ ਨੇ ਤਾਂ ਉਹ ਪੇ ਕਰ ਦਿੱਤੇ ਪਰ ਫਿਰ ਵੀ ਏਜੰਟ ਨੇ ਉਹਨਾਂ ਨੂੰ ਉਸ ਸਕੈਮ ਵਿੱਚ ਫਸਾ ਲਿਆ। ਜਿਹੜੇ ਵਿਦਿਆਰਥੀਆਂ ਕੋਲ ਫੰਡਸ ਨਹੀਂ ਸਨ ਉਹਨਾਂ ਨੇ ਕਰਜ਼ਾ ਲਿਆ, ਬੈਂਕ ਤੋਂ ਕਰਜ਼ਾ ਲਿਆ ਕਿ ਜੈਨੂਇਨ ਲੋਨ ਡਾਕੂਮੈਂਟ ਉਹਨਾਂ ਨੂੰ ਜਿਹੜਾ ਸੀ ਉਹ ਅਟੈਚ ਕੀਤਾ ਫਾਈਲ ਨਾਲ, ਪਰ ਵੀਜ਼ਾ ਫਾਈਨਲਾਈਜ਼ ਹੋਣ ਤੋਂ ਪਹਿਲਾਂ ਉਹ ਲੋਨ ਜਿਹੜਾ ਹੈ ਬੈਂਕ ਨੇ ਉਹਨੂੰ ਬਕਾਇਦਾ ਡਿਸਪਰਸ ਕਰਨਾ ਹੁੰਦਾ ਕਿ ਫੰਡ ਜਿਹੜਾ ਹੈ ਉਹ ਅਕਾਊਂਟ 'ਚ ਆ ਗਿਆ। ਸੋ ਉਹ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜਾ ਲਾਸਟ ਉਹਦਾ ਪਾਰਟ ਹੈ ਉਹ ਏਜੰਟਸ ਨੇ ਜਾਲੀ ਕਾਗਜ਼ ਲਗਾਏ ਨੇ। ਤੋ ਇਹ ਸਜ਼ਾ ਜਿਹੜੀ ਹੈ ਸਾਰੀ ਗੱਲਬਾਤ ਦੀ ਉਹ ਵਿਦਿਆਰਥੀਆਂ ਨੂੰ ਮਿਲ ਰਹੀ ਹੈ ਕਿ ਇਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਆ ਗਏ ਨੇ। ਪਹਿਲਾਂ ਨੋਟਿਸ ਆਏ ਸਨ, ਹੁਣ ਉਹ ਨੋਟਿਸ ਜਿਹੜਾ ਆਰਡਰ 'ਚ ਬਦਲ ਗਿਆ ਕਿ ਇਹਨਾਂ ਨੂੰ ਦੇਸ਼ ਨਿਕਾਲਾ ਮਿਲ ਗਿਆ, ਚਾਹੇ ਖੁਦ ਜਾਂਦੇ ਨੇ ਜਾਂ ਜ਼ਬਰਦਸਤੀ ਇੱਥੋਂ ਅਰੈਸਟ ਕਰਕੇ ਵਾਪਸ ਭੇਜੇ ਜਾਂਦੇ ਨੇ, ਪਾਸਪੋਰਟ 'ਤੇ ਡਿਪੋਰਟੇਸ਼ਨ ਦੀ ਹੀ ਸਟੈਂਪ ਲੱਗੇਗੀ। ਤੋ ਇਸ ਵਕਤ 10-11 ਦੇ ਕਰੀਬ ਵਿਦਿਆਰਥੀ ਜਿਹੜੇ ਨੇ ਉਹ ਆਕਲੈਂਡ ਯੂਨੀਟੇਰੀਅਨ ਚਰਚ ਜਿਹੜਾ ਕਿ ਪੌਂਸਨ ਬੀ ਵਿੱਚ ਹੈ, ਪੌਂਸਨ ਬੀ ਰੋਡ 'ਤੇ, ਉੱਥੇ ਅੱਜ 8ਵਾਂ ਦਿਨ ਹੈ ਉਹਨਾਂ ਦਾ, ਉੱਥੇ ਰੈਫਿਊਜ ਵਿੱਚ ਨੇ, ਸੈਂਕਚੁਰੀ
ਕਿਹਾ ਜਾਂਦਾ ਉਹਨਾਂ ਨੂੰ ਕ੍ਰਿਸਚਨਸ ਦਾ ਜਿਹੜਾ ਫਿਲੋਸਫੀ ਹੈ ਉਹਦੇ ਵਿੱਚ ਬੇਸ਼ੱਕ ਸੈਂਕਚੁਰੀ ਜਿਹੜੀ ਹੈ ਲੀਗਲ ਤੌਰ ਤੇ ਉਹਨੂੰ ਕੋਈ ਮਾਨਤਾ ਨਹੀਂ ਹੈ ਸੋ ਅਗਰ ਇਹਨਾਂ ਵਿਦਿਆਰਥੀਆਂ ਨੂੰ ਅਰੈਸਟ ਕਰਨਾ ਹੋਏ ਪੁਲਿਸ ਉੱਥੋਂ ਵੀ ਅਰੈਸਟ ਕਰ ਸਕਦੀ ਹੈ ਪਰ ਇੱਕ ਇਹ ਸਿੰਬੋਲਿਕ ਜੈਸਚਰ ਹੈ ਕਿ ਇਹਨਾਂ ਨੇ ਉਸ ਚਰਚ ਵਿੱਚ ਸੈਂਕਚੁਰੀ ਲਈ ਹੈ ਔਰ ਬਹੁਤ ਸਪੋਰਟ ਆ ਰਹੀ ਹੈ ਇਹਨਾਂ ਨੂੰ ਕਿਉਂਕਿ ਚਰਚ ਚ ਜਦ ਰਹਿ ਰਹੇ ਨੇ ਖਾਣਾ ਉੱਥੇ ਕਿਚਨ ਦੀ ਫੈਸਿਲਿਟੀ ਬਿਲਕੁਲ ਲਿਮਿਟਿਡ ਹੈ ਤੋ ਕਮਿਊਨਿਟੀ ਚੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਕਿ ਹਰ ਇੱਕ ਵਰਗ ਦੇ ਹਰ ਇੱਕ ਐਥਨੀਸਿਟੀ ਦੇ ਲੋਕ ਇਹਨਾਂ ਵਾਸਤੇ ਖਾਣਾ ਬਣਾ ਕੇ ਲਿਆ ਰਹੇ ਨੇ ਤੋ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਅਸੀਂ ਸ਼ੁਕਰੀਆ ਕਰਦੇ ਹਾਂ ਸਾਰੇ ਹੀ ਲੋਕਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਖਾਣਾ ਡੋਨੇਟ ਕੀਤਾ ਹੈ ਹੋਰ ਕਾਫੀ ਸਾਰੀਆਂ ਚੀਜ਼ਾਂ ਡੋਨੇਟ ਕੀਤੀਆਂ ਨੇ ਥੋੜੀ ਜਿਹੀ ਮਾਇਆ ਵੀ ਡੋਨੇਟ ਕੀਤੀ ਗਈ ਹੈ ਸੋ ਸਾਰੇ ਦਾ ਅਸੀਂ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਔਰ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਬਿਹਾਫ ਤੇ ਅਸੀਂ ਥੈਂਕ ਯੂ ਸ਼ੁਕਰੀਆ ਕਹਿੰਦੇ ਹਾਂ ਸਾਰੀ ਕਮਿਊਨਿਟੀ ਨੂੰ ਜਿਨ੍ਹਾਂ ਨੇ ਇੰਨੀਆਂ ਡੋਨੇਸ਼ਨਸ ਦਿੱਤੀਆਂ ਨੇ ਕੁਝ ਇੱਕ ਹੋਰ ਧਾਰਮਿਕ ਸੰਸਥਾਵਾਂ ਵੀ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਇਹਨਾਂ ਦੀ ਕਈ ਤਰੀਕਿਆਂ ਨਾਲ ਤੋ ਇਸ ਵਕਤ ਜਿਹੜੀ ਗੱਲਬਾਤ ਚੱਲ ਰਹੀ ਹੈ ਪਿਛਲੇ ਹਫ਼ਤੇ ਬੀਤੇ ਸਨਿਚਰਵਾਰ ਇਹ ਸਟੂਡੈਂਟਸ ਦੀ ਸਪੋਰਟ ਵਿੱਚ ਰੈਲੀ ਕੀਤੀ ਗਈ ਚਰਚ ਦੇ ਵਿੱਚ ਹੀ ਕੋਈ 200 ਦੇ ਕਰੀਬ ਉੱਥੇ ਲੋਕ ਸ਼ਾਮਲ ਸਨ ਉਹਦੇ ਵਿੱਚੋਂ ਮੈਂ ਕਹਾਂਗੀ ਕਿ 50% 100 ਦੇ ਕਰੀਬ ਸਾਡੀ ਆਪਣੀ ਕਮਿਊਨਿਟੀ ਚੋਂ ਸਨ ਇੰਡੀਅਨ ਕਮਿਊਨਿਟੀ ਚੋਂ ਤੋ ਇੰਨਾ ਵੱਡਾ ਹੁੰਗਾਰਾ ਇੰਨੀ ਰਿਸਪੋਂਸ ਇਸ ਮੁੱਦੇ ਚ ਪਹਿਲੀ ਵਾਰੀ ਇਹਨਾਂ ਵਿਦਿਆਰਥੀਆਂ ਨੂੰ ਮਿਲੀ ਹੈ ਤੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਇਹਨਾਂ ਦੇ ਆਪਣੇ ਲੋਕ ਜਿਹੜੇ ਨੇ ਇਹਨਾਂ ਦੀ ਸਪੋਰਟ ਵਿੱਚ ਹੁਣ ਆ ਰਹੇ ਨੇ ਤੋ ਜਲਦ ਹੀ ਅਸੀਂ ਕੁਝ ਸਟੂਡੈਂਟਸ ਨਾਲ ਵੀ ਇਹਦੇ ਤੇ ਗੱਲ ਕਰਾਂਗੇ ਜਿਹੜੇ ਸ਼ਰਨ ਚ ਨੇ ਇਸ ਵਕਤ ਉਹ ਵੀ ਆਪਣਾ ਜਿਹੜਾ ਇਸ ਵਕਤ ਦਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਗੇ ਉਸ ਤੋਂ ਪਹਿਲਾਂ ਹੋਰ ਜਿਹੜੀਆਂ ਅਪਡੇਟਸ ਨੇ ਮੈਂ ਉਹ ਵੀ ਤੁਹਾਨੂੰ ਦੱਸਦੀ ਚੱਲਾਂ ਕਿ ਪਿਛਲੇ 5-6 ਮਹੀਨਿਆਂ ਤੋਂ ਜਿਹੜੀ ਇੱਥੇ ਗ੍ਰੀਨ ਪਾਰਟੀ ਹੈ ਪੋਲੀਟੀਕਲ ਪਾਰਟੀ ਉਹਨਾਂ ਦੇ MP ਨੇ ਡਨੀਸ ਰੋਚ ਜਿਹੜੇ ਕਿ ਇਮੀਗ੍ਰੇਸ਼ਨ ਦੇ ਸਪੋਕਸਪਰਸਨ ਨੇ ਉਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਫਾਈਲਾਂ ਸਾਰਿਆਂ ਸਟੂਡੈਂਟਸ ਦੀਆਂ ਲੈ ਕੇ ਜਿਹੜੇ ਇਸ ਵਕਤ ਇਮੀਗ੍ਰੇਸ਼ਨ ਦੇ ਮਨਿਸਟਰ ਨੇ ਮਾਈਕਲ ਵੁੱਡ ਹਾਊਸ ਉਹਨਾਂ ਕੋਲ ਦਰਖਾਸਤ ਕੀਤੀ ਹੋਈ ਹੈ ਕਿ ਨਰਮੀ ਨਾਲ ਸਾਰਾ ਕੰਮ ਕੀਤਾ ਜਾਵੇ ਪੂਰੇ ਡਾਕੂਮੈਂਟਸ ਪਰੂਫ ਅਟੈਚ ਕੀਤੇ ਨੇ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਸੋ ਇਹਨਾਂ ਦੇ ਡਿਪੋਟੇਸ਼ਨ ਆਰਡਰ ਕੈਂਸਲ ਕੀਤੇ ਜਾਣ ਸੋ ਇੱਕ ਤੇ ਉਹ ਚੱਲ ਰਿਹਾ ਉਹ ਪਿਛਲੇ ਹਫ਼ਤੇ ਫਿਰ ਬੁੱਧਵਾਰ ਜਾਂ ਵੀਰਵਾਰ ਸੀਗਾ ਜਿਸ ਦਿਨ ਡਨੀਸ ਰੋਚ ਨੇ ਪਾਰਲੀਮੈਂਟ ਕੁਐਸਚਨ ਟਾਈਮ ਚ ਇਹ ਮੁੱਦਾ ਰੇਜ਼ ਕੀਤਾ ਮਾਈਕਲ ਵੁੱਡ ਹਾਊਸ ਨੂੰ ਕਾਫੀ ਸਵਾਲ ਕੀਤੇ ਔਰ ਉਹਨਾਂ ਕੋਲ ਉਸ ਵਕਤ ਪੂਰੀ ਫਾਈਲ ਸੀ ਐਵੀਡੈਂਸ ਦੀ ਜਿਹੜੀ ਕਿ ਉਹ ਹੈਂਡ ਓਵਰ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਮਾਈਕਲ ਵੁੱਡ ਹਾਊਸ ਨੂੰ ਪਰ ਉਹਨਾਂ ਨੂੰ ਕੱਟ ਆਫ ਕਰ ਦਿੱਤਾ ਗਿਆ ਉਹ ਫਾਈਲ ਟੇਬਲ ਨਹੀਂ ਕਰਨ ਦਿੱਤੀ ਗਈ ਪਾਰਲੀਮੈਂਟ ਵਿੱਚ ਸੋ ਇਹ ਅਫਸੋਸ ਦੀ ਗੱਲ ਹੈ ਕਿ ਇਹ ਜਿਹੜੀ ਸਰਕਾਰ ਹੈ ਹਲੇ ਵੀ ਇੰਨੀ ਕਠੋਰ ਹੈ ਕਿ ਜਿਹੜੇ ਸਬੂਤ ਸਾਡੇ ਕੋਲ ਬਿਲਕੁਲ ਸਾਫ਼ ਸਪਸ਼ਟ ਹੈਗੇ ਨੇ ਐਵੀਡੈਂਸ ਪਰੂਫਸ ਕਿ ਇਹ ਬੱਚੇ ਬੇਕਸੂਰ ਨੇ ਉਹ ਸਰਕਾਰ ਉਹਨਾਂ ਨੂੰ ਦੇਖਣਾ ਵੀ ਨਹੀਂ ਚਾਹੁੰਦੀ ਖੈਰ ਉਸ ਤੋਂ ਬਾਅਦ ਰੈਲੀ ਜਿਹੜੀ ਹੋਈ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਹੁਤ ਗਰੁੱਪਸ ਐਕਟਿਵਿਸਟਸ ਯੂਨੀਅਨਸ ਜਿਹੜੀਆਂ ਨੇ ਟ੍ਰੇਡ ਯੂਨੀਅਨਸ ਉਹ ਆਏ ਔਰ ਹੋਰ ਚਰਚਾਂ ਦੇ ਲੋਕ ਵੀ ਆਏ ਔਰ ਅੱਜ ਸਵੇਰੇ ਬਹੁਤ ਇੱਕ ਗੰਭੀਰ ਜਿਹੜੀ ਡਿਵੈਲਪਮੈਂਟ ਹੋਈ ਹੈ ਕਿ ਇੱਥੋਂ ਦੇ ਕੈਥੋਲਿਕ ਚਰਚ ਦੇ ਜਿਹੜੇ ਆਰਚ ਬਿਸ਼ਪ ਨੇ ਐਂਗਲਿਕਨ ਚਰਚ ਦੇ ਆਰਚ ਬਿਸ਼ਪ ਔਰ ਮੈਥੋਡਿਸਟ ਚਰਚ ਦੇ ਆਰਚ ਬਿਸ਼ਪ ਮਤਲਬ ਕਿ ਇਹਨਾਂ ਚਰਚਾਂ ਦੇ ਸੀਨੀਅਰ ਮੋਸਟ ਜਿਹੜੇ ਕਾਰਕੁਨ ਨੇ ਉਹਨਾਂ ਨੇ ਇੱਕ ਜੁਆਇੰਟ ਸਟੇਟਮੈਂਟ ਇਸ਼ੂ ਕੀਤੀ ਹੈ ਜਿਹੜੀ ਕਿ ਮੀਡੀਆ ਨੂੰ ਗਈ ਹੈ ਅੱਜ ਸਵੇਰੇ ਔਰ ਨਾਲ ਹੀ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਨੂੰ ਵੀ ਉਹ ਸਟੇਟਮੈਂਟ ਗਈ ਹੈ ਔਰ ਇਮੀਗ੍ਰੇਸ਼ਨ ਮਿਨਿਸਟਰ ਮਾਈਕਲ ਵੁੱਡ ਹਾਊਸ ਨੂੰ ਵੀ ਉਹ ਸਟੇਟਮੈਂਟ ਗਈ ਹੈ ਉਹਨਾਂ ਨੇ ਪੁਰਜ਼ੋਰ ਅਪੀਲ ਕੀਤੀ ਹੈ ਕਿ ਨਰਮੀ ਵਰਤੀ ਜਾਵੇ ਕੰਪੈਸ਼ਨੇਟ ਬੇਸਿਸ ਤੇ ਕੰਮ
ਕੰਮ ਕੀਤਾ ਜਾਵੇ ਔਰ ਪਹਿਲੇ ਵੀ ਇਸ ਤਰ੍ਹਾਂ ਦੇ ਕੇਸਿਸ ਚ ਅਸੀਂ ਡਿਪੋਰਟੇਸ਼ਨ ਆਰਡਰ ਕੈਂਸਲ ਕਰ ਚੁੱਕੇ ਹਾਂ ਸੋ ਇੱਕ ਬਰਾਬਰਤਾ ਨਾਲ ਸਾਰਿਆਂ ਨਾਲ ਪੇਸ਼ ਆਇਆ ਜਾਵੇ ਤੋ ਇਹਨਾਂ ਸਟੂਡੈਂਟਸ ਦੇ ਡਿਪੋਰਟੇਸ਼ਨ ਆਰਡਰ ਕੈਂਸਲ ਕਰ ਦਿੱਤੇ ਜਾਣ ਸੋ ਇਸ ਵਕਤ ਇਹ ਚੱਲ ਰਿਹਾ ਔਰ ਆਉਂਦੇ ਹਫ਼ਤੇ ਚ ਸਾਨੂੰ ਉਮੀਦ ਹੈ ਕਿ ਪਾਰਲੀਮੈਂਟ ਕੁਐਸਚਨ ਟਾਈਮ ਚ ਵੀ ਇਹ ਮੁੱਦਾ ਜ਼ਰੂਰ ਸਾਹਮਣੇ ਆਏਗਾ ਤੋ ਉਹ ਵੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਮਿਲੇਗੀ ਤੋ ਮੈਂ ਗੱਲਾਂ ਹੋਰ ਵੀ ਬਹੁਤ ਨੇ ਇਸੇ ਹੀ ਸਾਰੇ ਸੰਘਰਸ਼ ਦੇ ਸਾਂਝੀਆਂ ਕਰਨ ਵਾਲੀਆਂ ਪਰ ਮੈਂ ਚਾਹਾਂਗੀ ਕਿ ਜਿਹੜੇ ਸਟੂਡੈਂਟਸ ਖੁਦ ਇਸ ਵਿੱਚੋਂ ਨਿਕਲ ਰਹੇ ਨੇ ਉਹਨਾਂ ਨਾਲ ਇੱਕ ਇੱਕ ਕਰਕੇ ਤੁਹਾਡੀ ਮੁਲਾਕਾਤ ਗੱਲਬਾਤ ਕਰਵਾਵਾਂਗੇ ਇਸੇ ਮਾਧਿਅਮ ਤੋਂ ਤੁਸੀਂ ਪਹਿਲੇ ਵੀ ਕਾਫੀ ਸਾਰੇ ਸਟੂਡੈਂਟਸ ਨੂੰ ਮਿਲ ਚੁੱਕੇ ਹੋ ਪਰ ਅੱਜ ਅਸੀਂ ਇੱਕ ਵਾਰ ਫੇਰ ਸਾਰਿਆਂ ਨਾਲ ਗੱਲ ਕਰਾਂਗੇ ਤੋ ਸਭ ਤੋਂ ਪਹਿਲਾਂ ਮੈਂ ਅੱਜ ਅਸੀਂ ਗੱਲ ਸੁਨੀਲ ਨਾਲ ਸਭ ਤੋਂ ਪਹਿਲੇ ਗੱਲ ਕਰਾਂਗੇ ਸੋ ਸੁਨੀਲ ਵੈਲਕਮ ਟੂ ਰੇਡੀਓ ਇਨਕਲਾਬ ਰੇਡੀਓ ਸ਼ੋ Hi, this is Sunil. I've already explained to the listeners what the issue is. They have met you before through this radio channel. Yeah. What I would like you to explain to all the listeners is, how are you feeling right now? How do you feel about the entire thing that you've had to take sanctuary in a church and how the government is responding? What are your views and what are your feelings about that? Hi, Namaskaram. This is Sunil. I already met you before. I would now the people are recognizing what's exactly things going on. I will explain in a short way. We are stuck in education traffic. That seems like these colleges are promoting people from India and this government is promoting people from India just to work behalf of not providing the education. Quality education. You know the colleges in Queen Street, there are hundreds of colleges. These colleges are promoting themselves like international colleges, which doesn't contain libraries, which doesn't contain all the facilities. Myself, it's a college. In a single building, there are four floors, and there are four colleges, which contains which they are standing like international colleges, which they only allows the Indian students and Chinese students. They are not promoting this type of colleges in the local community because of the political pressures, and they are asking they are getting the money. And at last saying that you've done a mistake regarding these cases. This case is included by the political influences, by the government sector, by the private sector. Everyone is benefited by this issue. When we are coming to New Zealand, we have to pay a lot of fees. The funny thing is they are not questioning anything about the certificates and as we paid the college fees. They are only asking about the living expenses. After completion of 1 year courses, they are asking about, now they are asking the living expense, how can we show the, we have a part-time jobs, we can able to show the living expenses if they wanna, and we have enough assets in India that we are already shown to the government, like we have enough funds in the India. We don't yes, yeah, that's all been done through the lawyers and the Green Party, that all the documentation
has been provided. Yeah. So I'll just explain in Punjabi. So Sunil eh keh rahe ne ke assi sade kol ਇੰਨਾ ਸਬੂਤ ਇੰਨੇ ਪਰੂਫ ਇੰਨੇ ਐਵੀਡੈਂਸ ਹੈ ਔਰ ਉਹ ਇਹਨਾਂ ਦੇ ਵਕੀਲ ਦੇ ਥਰੂ ਔਰ ਗ੍ਰੀਨ ਪਾਰਟੀ ਦੇ ਥਰੂ ਜਿਹੜੀ ਅਪੀਲ ਕੀਤੀ ਗਈ ਸੀ ਉਹ ਸਾਰਾ ਪਹੁੰਚਾ ਦਿੱਤਾ ਗਿਆ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਉਹ ਸਾਰਾ ਕੁਛ ਫਿਰ ਵੀ ਉਹ ਸਾਰੇ ਐਵੀਡੈਂਸ ਦੇਖਦੇ ਹੋਏ ਵੀ ਉਹਨਾਂ ਨੇ ਇਹਨਾਂ ਦੀ ਅਪੀਲ ਰੱਦ ਕੀਤੀ ਔਰ ਡਿਪੋਰਟੇਸ਼ਨ ਆਰਡਰ ਫਾਈਨਲ ਇਹਨਾਂ ਨੂੰ ਭੇਜ ਦਿੱਤੇ ਨੇ ਸੋ ਸੁਨੀਲ ਹਾਊ ਡੂ ਯੂ ਫੀਲ ਵਟ ਡੂ ਯੂ ਥਿੰਕ ਇਜ਼ ਦੇਅਰ ਫੋਰ ਯੂ ਇਨ ਦਾ ਫਿਊਚਰ ਵਿਦ ਆਲ ਦਿਸ Now, if we go straight away to India, we can't apply to any MNC companies because we are deported, and we can't go to any other countries because we are deported. The only stamp which decides our futures, like we are cheaters, and just like we are criminals in New Zealand, but we are not criminals. We have paid a lot of fees and taxes to this government, and they are declaring us as cheaters and criminals. And they want to send us to back to our home country, but we are fighting from last 6 months. There are a lot of communities are supporting us, like Migrant Workers Association and Catholic Church and Anglican Church, Unitarian Churches, and most of the local people who was amazing response through the situation, and they realize the what really is going on. If any doubts are for you, please come and visit Unitarian Church on Ponson Bay. You can able to understand what's our pain. It's not just like a deportation cancellation. We are fighting against the education traffic, which is most of the impacted by the Indian students who was facing non-quality education and this sort of problems. Okay. Thank you, Sunil. ਇਹਨਾਂ ਨੇ ਇੱਕ ਜਿਹੜੀ ਗੱਲ ਕਹੀ ਕਿ ਤੁਸੀਂ ਸਾਨੂੰ ਆ ਕੇ ਮਿਲੋ ਲਾਈਕ ਕਮ ਐਂਡ ਮੀਟ ਦ ਸਟੂਡੈਂਟਸ ਐਟ ਦ ਯੂਨੀਟੇਰੀਅਨ ਚਰਚ ਸੋ ਮੈਂ ਵੀ ਆਪਣੇ ਸਰੋਤਿਆਂ ਨੂੰ ਇਹ ਸਾਰਿਆਂ ਨੂੰ ਦਰਖਾਸਤ ਕਰਾਂਗੀ ਕਿ ਚਰਚ ਵਿੱਚ ਇਹਨਾਂ ਦੀ ਰਿਹਾਇਸ਼ ਹੈ ਇਸ ਵਕਤ ਰੋਜ਼ਾਨਾ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਤੁਸੀਂ ਕਿਸੇ ਵੀ ਵਕਤ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਉਹ ਚਰਚ ਨੇ ਸਾਨੂੰ ਗਾਈਡਲਾਈਨ ਦਿੱਤੀ ਹੋਈ ਹੈ ਕਿ ਉਹ ਵਿਜ਼ਿਟਿੰਗ ਆਵਰਸ ਉਹਨਾਂ ਨੇ ਉਸ ਤਰ੍ਹਾਂ ਰੱਖਿਆ ਅਦਰਵਾਈਜ਼ ਚਰਚ ਲਈ ਵੀ ਮੈਨੇਜ ਕਰਨਾ ਮੁਸ਼ਕਿਲ ਹੋ ਜਾਏਗਾ ਅਗਰ ਦਿਨ ਰਾਤ ਅਸੀਂ ਖੁੱਲ੍ਹਾ ਰੱਖਾਂਗੇ ਚਰਚ ਤੋ ਇਹ ਚਰਚ ਹੈ ਜੀ ਔਕਲੈਂਡ ਯੂਨੀਟੇਰੀਅਨ ਚਰਚ 1A ਪੌਨਸਨ ਬੀ ਰੋਡ ਪੌਨਸਨ ਬੀ ਵਿੱਚ ਤੁਸੀਂ ਕਿਸੇ ਵੀ ਵਕਤ ਇਹਨਾਂ ਨੂੰ ਮਿਲਣ ਜਾ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬੇਸ਼ੱਕ ਸਾਰੇ ਖਾਣਾ ਡੋਨੇਸ਼ਨ ਗਿਫਟ ਸਾਰਾ ਵੀ ਚੱਲ ਰਿਹਾ ਪਰ ਮੇਰਾ ਖਿਆਲ ਹੈ ਇਹਨਾਂ ਨੂੰ ਇਸ ਵਕਤ ਇੱਕ ਹੱਲਾਸ਼ੇਰੀ ਦੀ ਲੋੜ ਹੈ ਮੋਰਲ ਸਪੋਰਟ ਦੀ ਲੋੜ ਹੈ ਸੋ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦਰਖਾਸਤ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਮਿਲੋ ਆ ਕੇ ਇਹਨਾਂ ਦੀ ਗੱਲਬਾਤ ਖੁਦ ਸੁਣੋ ਤੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੋਈ ਗੱਲਬਾਤ ਬਣਾ ਨਹੀਂ ਰਿਹਾ ਔਰ ਉੱਥੇ ਜਿਹੜੇ ਫਾਦਰ ਨੇ ਚਰਚ ਦੇ ਇੰਚਾਰਜ ਨੇ ਮਿਨਿਸਟਰ ਫਾਦਰ ਕਲੇ ਨੈਲਸਨ ਤੁਸੀਂ ਉਹਨਾਂ ਨਾਲ ਵੀ ਆ ਕੇ ਗੱਲ ਕਰੋ ਬੜੇ ਸੁਲਝੇ ਸੂਝਵਾਨ ਵਿਅਕਤੀ ਨੇ ਸੋ ਉਹ ਵੀ ਤੁਹਾਨੂੰ ਦੱਸਣਗੇ ਕਿ ਔਕਲੈਂਡ ਯੂਨੀਟੇਰੀਅਨ ਚਰਚ ਕਿਉਂ ਇਹਨਾਂ ਬੱਚਿਆਂ ਦੀ ਸਪੋਰਟ ਕਰ ਰਿਹਾ ਸੋ ਉਹਨਾਂ ਨਾਲ ਵੀ ਗੱਲ ਕਰਕੇ ਤੁਹਾਨੂੰ ਮੇਰੇ ਖਿਆਲ ਚੰਗਾ ਲੱਗੇਗਾ ਤੋ ਇੱਕ ਹੋਰ ਅਪੀਲ ਵੀ ਜਿਹੜੀ ਅਸੀਂ ਕਰਾਂਗੇ ਕਿ ਜਿਹੜੀਆਂ ਸੰਸਥਾਵਾਂ ਔਰ ਆਰਗਨਾਈਜੇਸ਼ਨਸ ਇਹਨਾਂ ਦੇ ਨਾਲ ਨੇ ਉਹ ਤਾਂ ਹੈ ਹੀ ਨੇ ਪਰ ਜਿਹੜੇ ਅਸੀਂ ਸਧਾਰਨ ਨਿਊਜ਼ੀਲੈਂਡ ਚ ਵਸਦੇ ਜਿਹੜੇ ਲੋਕ ਹੈ ਆਰਡੀਨਰੀ ਨਿਊਜ਼ੀਲੈਂਡਰਸ ਸਾਰੇ ਹੈਲਪ ਕਰ ਸਕਦੇ ਇਹਨਾਂ ਦੀ ਐਵਰੀ ਵਨ ਆਫ ਅਸ ਕੈਨ ਹੈਲਪ ਇੱਕ ਪਟੀਸ਼ਨ ਹੈ ਆਨਲਾਈਨ ਉਹ ਵੀ ਫੇਸਬੁੱਕ ਤੇ ਸਰਕੂਲੇਟ ਕਰ ਰਿਹਾ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਪਟੀਸ਼ਨ ਬਾਰੇ ਮੇਰਾ ਨੰਬਰ ਹੈ 021
206-5640 ਜਾਂ ਸਟੂਡੀਓ ਚ ਕਾਲ ਕਰ ਸਕਦੇ ਹੋ 815-8100 ਉਸ ਤੋਂ ਇਲਾਵਾ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਈਕਲ ਵੁੱਡ ਹਾਊਸ ਉਹਨਾਂ ਦਾ ਈਮੇਲ ਆਈਡੀ ਤੁਹਾਨੂੰ ਆਰਾਮ ਨਾਲ ਗੂਗਲ ਤੋਂ ਮਿਲ ਜਾਏਗਾ ਤੁਸੀਂ ਉਹਨਾਂ ਨੂੰ ਈਮੇਲ ਕਰੋ ਕਿ ਇਹ ਜਿਹੜੇ ਸਟੂਡੈਂਟਸ ਨੇ ਇਹਨਾਂ ਨੂੰ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਨਾ ਟ੍ਰੀਟ ਕੀਤਾ ਜਾਵੇ ਕੰਪਲੀਟਲੀ ਨਾ ਇਨਸਾਫ਼ੀ ਹੈ ਬਿਲ ਇੰਗਲਿਸ਼ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਤੁਸੀਂ ਸੰਪਰਕ ਕਰਕੇ ਚਿੱਠੀ ਲਿਖ ਸਕਦੇ ਹੋ ਉਸ ਤੋਂ ਇਲਾਵਾ ਜਿਹੜੇ ਸਾਡੇ ਕਮਿਊਨਿਟੀ ਚ ਖਾਸ ਕਰਕੇ ਸਾਡੇ ਭਾਰਤੀ ਚਿਹਰਿਆਂ ਵਾਲੇ ਜਿਹੜੇ ਐਮ ਪੀ ਨੇ ਸਰਕਾਰ ਚ ਨੇ ਇਸ ਵਕਤ ਜਿਹੜੇ ਮਿਸਟਰ ਕਮਲਜੀਤ ਬਖਸ਼ੀ ਨੇ ਡਾਕਟਰ ਪਰਮਜੀਤ ਪਰਮਾਰ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਬਾਰ ਬਾਰ ਉਹਨਾਂ ਨੂੰ ਯਾਦ ਦਿਲਾਉਂਦੇ ਰਹੋ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਇਸ ਮਾਮਲੇ ਵਿਚ ਇੰਟਰਵੀਨ ਕਰਨ ਆਪਣੀਆਂ ਮਿਨਿਸਟਰੀਅਲ ਪਾਵਰ ਐਕਸਰਸਾਈਜ਼ ਕਰਨ ਔਰ ਫੈਸਲਾ ਜਿਹੜਾ ਇਹਨਾਂ ਸਟੂਡੈਂਟਸ ਦੇ ਹੱਕ ਵਿੱਚ ਆਵੇ ਕਿਉਂਕਿ ਪਹਿਲੇ ਵੀ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਕੇਸਿਸ ਫਿਲੀਪੀਨਸ ਤੋਂ ਡੇਰੀ ਵਰਕਰ ਆਏ ਸਨ ਉਹਨਾਂ ਨੂੰ ਮਾਫ਼ ਕੀਤਾ ਗਿਆ ਉਸ ਤੋਂ ਪਿੱਛੇ ਚਾਈਨਾ ਤੋਂ ਸਟੂਡੈਂਟਸ ਆਏ ਸਨ ਸੇਮ ਸਿਚੁਏਸ਼ਨ ਸੀ ਉਹਨਾਂ ਨੂੰ ਵੀ ਮਾਫ਼ ਕੀਤਾ ਗਿਆ ਸੋ ਸਾਰਿਆਂ ਲਈ ਅਸੀਂ ਬਰਾਬਰ ਤਰੀਕੇ ਨਾਲ ਇੱਕ ਤਰ੍ਹਾਂ ਦਾ ਜਿਹੜਾ ਹੈ ਨਾ ਵਤੀਰਾ ਉਹ ਵਰਤੀਏ ਤੋ ਤੁਸੀਂ ਇਹ ਸਾਰੇ ਆਪਣੇ ਆਪਣੇ ਤੌਰ ਤੇ ਪਰਸਨਲ ਲੈਵਲ ਤੇ ਇਹ ਕੰਮ ਅਸੀਂ ਸਾਰੇ ਕਰ ਸਕਦੇ ਹਾਂ ਤੋ ਅੱਗੇ ਹੁਣ ਇਹਨਾਂ ਵਿਦਿਆਰਥੀਆਂ ਚੋਂ ਇੱਕ ਹੋਰ ਵਿਦਿਆਰਥੀ ਨੇ ਹਫੀਜ਼ ਤੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਤੋ ਹਫੀਜ਼ ਵੈਲਕਮ ਟੂ ਰੇਡੀਓ ਇਨਕਲਾਬ ਥੈਂਕ ਯੂ ਆਪਕਾ ਬਹੁਤ ਬਹੁਤ ਇਸਤਕਬਾਲ ਹੈ ਤੋ ਹਫੀਜ਼ ਆਪਸੇ ਵੀ ਮੈਂ ਵਹੀ ਪੁੱਛੂੰਗੀ ਜੋ ਸੁਨੀਲ ਸੇ ਪੁੱਛਾ ਕਿ ਕੈਸਾ ਮਹਿਸੂਸ ਹੋਤਾ ਹੈ ਇਸ ਸਭ ਮੇ Hi all, पहले सभी प्लानेट एफएम को सुनने वालों को मेरा सलाम हम लोग जब यहाँ पर आए थे काफ़ी उम्मीदें लगा के आए थे कि कुछ ना कुछ कर लेंगे ज़िंदगी में जी. जैसे हमने एजुकेशन ख़त्म होगा कुछ ढंग की जॉब करेंगे ज़िंदगी में कुछ बेहतर करेंगे जब इमिग्रेशन जब हम लोगों ने ओपन सर्च वीज़ा के लिए डाला तो इमिग्रेशन ने कहा कि कुछ जाली दस्तखत लगाए हैं एजेंट ने और इसी सिलसिले में हम लोगों ने लगभग 6-7 महीने से प्रोटेस्ट करते रहे बट किसी ने कुछ किया नहीं अभी तक तो मेरा बोलने का मतलब है कि हमारी ज़िंदगी मतलब हमारा करियर दाव पे है जी. अगर हम डिपोटेशन स्टैम्प के साथ वापस इंडिया जाएंगे तो कौन सी भी बड़ी MNC कंपनी में नौकरी मिलना मुश्किल हो जाएगा या फिर किसी और देश जाने के लिए और मुश्किल होगा तो उसके अलावा इंडियन मीडिया ने भी कई दफ़ा हमारे फ़ोटो वगैरह नाम वगैरह न्यूज़ में छाप दिया है हम जाएंगे अब कल के दिन हम इंडिया डिपोर्टेशन के साथ जाएंगे फ़र्ज के नाम पे अगर कहीं जॉब के लिए इंटरव्यू ले गया और उस बंदे ने उस न्यूज़ देखी हो जो इंटरव्यूअर है वो बोलेगा तू तो फ्रॉड केस में यहाँ पर वापिस आए है पता नहीं अब फाइल में तेरे कितने फ्रॉड सर्टिफिकेट है आप तो लोग जानते ही हैं कि इंडिया में लोगों को कन्विंस करना कितना मुश्किल है जी, जी, तो ये सारी बातें इमिग्रेशन समझ नहीं रही है वो इम्पैक्ट नहीं समझ रही है कि डिपोर्टेशन करके हमारी जिंदगी पे इम्पैक्ट क्या होगा इसी सिलसिले हम लोगों ने अपना आखिरी कदम उठाते हुए के अनटिल मतलब जब तक हम कामयाब नहीं हो जाते तब तक हम चर्च में रहेंगे जी. इसी उम्मीद के साथ हम सब चर्च में चले गए और मैं शुक्रगुजार हूँ सभी चर्च के मेंबर्स का और खासकर मिनिस्टर क्ले का जिन्होंने बहुत सारा योगदान दिया और मैं जो लोग सुन रहे हैं उनसे कहना चाहता हूँ कि
बस सुनकर या लोगों से सुनकर या यहाँ वहाँ से सुनकर ये मत समझना कि हाँ शायद उन बंदों ने गलती की होगी या फिर उन लोगों ने फेक डॉक्यूमेंट लगाया ही होगा। अगर आप आपको इस तरह की कुछ दिल में ऐसी बात हो तो आप आकर हम सबसे मिले वहाँ पर, हम सारी बात खुला खुला समझाएंगे तो आपको ही पता चलेगा कि होता क्या है ऐसे इंडिया में। वैसे भी आप सभी लोग भी जानते हो कि होता किस तरह से है इंडिया में। और बस मैं ये कहना चाह रहा हूँ कि हमें ज़्यादा से ज़्यादा सपोर्ट करें। कई लोग कई कम्युनिटी से जैसे कि बहुत सारे कीवी, बहुत सारे थोड़े बहुत इंडियन, थोड़े बहुत तेलुगु के लोग, ये लोग सभी लोग आगे हमारी हेल्प कर रहे हैं। मैं चाहता हूँ कि और से और ज़्यादा से ज़्यादा दो लोग आएँ और हमारी मदद करें और हमारी परेशानी को समझें। हमारी हमारे इस वक्त हमारे दिमाग पे चल क्या रहा है वो उसको समझे। अब हर दिन हम यही उम्मीद के साथ उठते हैं सुबह के शायद आज कुछ हो जाएगा। हर दिन शाम को लौटते हैं वापस सोचते हैं कि शायद आज कुछ नहीं हो, शायद कल हो जाएगा कुछ ना कुछ। लेकिन हर दिन ऐसे गुजरते जा रहा है, ऐसे गुजरते गुजरते 6 महीने गुजर गए अभी तक। सो मैं बस यही कहना चाहता हूँ कि अगर हम लोगों से मिले, समझे कि हमारी परेशानी क्या है और किस कंडीशन में हम लोग रह रहे हैं वहाँ पर, और अगर अगर इस आंदोलन में अगर गवर्नमेंट ने अभी फॉर एग्जांपल और या कल या परसों में आ गया इस हफ्ते में कुछ डिसीजन अगर नहीं लिया, हम लोगों ने सोचा है कि एक बहुत बड़ी रैली निकालेंगे पॉन्शनबी रोड पर। और मैं सभी लोगों से विनती करता हूं कि उस रैली में आए और हमें सपोर्ट करें। और वैसे ही सारे लोग बिल इंग्लिश और माइकल वुडहाउस को अपने पर्सनल ईमेल आईडी से एक मेल करें कि हमें कंपैशनेट ग्राउंड्स पे हमारा डिपोर्टेशन कैंसिल करें और हमें जो प्रॉमिस लोगों ने किया था इंडिया से आने पहले के वीज़ा दे देंगे एक साल के सक्सेसफुल कोर्स कंप्लीशन के बाद। बस हम उसके अलावा कुछ और नहीं चाहते। थैंक यू, शुक्रिया हफीज। तो तुसी सारे ने सुनी लिया कि इंपॉर्टेंट है कि साडे स्रोते जिहड़े ने या वाइडर पब्लिक है वह समझे कि इन्हां स्टूडेंट्स दे दिमागी परेशानी की है और इन्हां दे पिछे घरदिआं दे, मेरा ख्याल सारिआं नूं पूरी सिचुएशन शायद पता भी नहीं होए कि असी नहीं दसते कई बारी क्योंकि पिछे बैठे इन्नी दूरों परेशान होने तो इलावा होर कर भी कुछ नहीं सकते। तो दोस्तों तुसी सुन रहे प्रोग्राम रेडियो इनकलाब, एक छोटे जे ब्रेक तो बाद दोबारा तुहाडे नाल इस तरह ही असी जुड़ जावांगे। सो साडे नाल तुसी बने रहना। साथी हाथ बढ़ाना, एक अकेला थक जाएगा मिलकर बोझ उठाना। साथी हाथ बढ़ाना, साथी हाथ बढ़ाना, साथी रे, साथी हाथ बढ़ाना, साथी रे, साथी हाथ बढ़ाना, साथी रे।
नगर ने रास्ता छोड़ा पर पत ने शीश झुकाया फौलादी है सीने अपने फौलादी है बाहें फौलादी है सीने अपने फौलादी है बाहें हम चाहें तो पैदा करते चट्टानों में राहें हम चाहें तो पैदा करते चट्टानों में राहें साथी हाथ बढ़ाना साथी हाथ बढ़ाना एक अकेला थक जाएगा मिलकर बोझ उठाना साथी हाथ बढ़ाना साथी हाथ बढ़ाना साथी रे साथी हाथ बढ़ाना साथी रे साथी हाथ बढ़ाना साथी रे अपने लेख की रेखा मेहनत से क्या डरना कल वैरों की खातिर की आज अपनी खातिर करना अपना दुख भी एक है साथी अपना दुख भी एक अपना दुख भी एक है साथी अपना दुख भी एक अपनी मंजिल सच की मंजिल अपना अपनी मंजिल सच की मंजिल अपना रास्ता साथी हाथ बढ़ाना एक अकेला थक जाएगा मिलकर बोझ उठाना साथी हाथ बढ़ाना साथी रे हाथ बढ़ाना साथी रे एक से एक मिले तो खतरा बन जाता है दरिया एक से एक मिले तो जल्ला बन जाता है सहरा एक से एक मिले तो राई बन सकती है पर्वत एक से एक मिले तो राई बन सकती है पर्वत एक से एक मिले तो इंसान बस में कर ले किस्मत एक से एक मिले तो इंसान बस में कर ले साथी हाथ बढ़ाना साथी हाथ बढ़ाना एक अकेला थक जाएगा मिलकर बोझ उठाना साथी हाथ बढ़ाना साथी हाथ बढ़ाना साथी रे साथी हाथ बढ़ाना साथी रे ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਅਸੀਂ ਗੱਲਬਾਤ ਕਰ ਰਹੇ ਹਾਂ ਵਿਦਿਆਰਥੀਆਂ ਨਾਲ
ਇੰਡੀਆ ਤੋਂ ਆਏ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਵਕਤ ਡਿਪੋਰਟੇਸ਼ਨ ਆਰਡਰ ਜਿਨ੍ਹਾਂ ਨੂੰ ਆ ਚੁੱਕੇ ਹੈ ਔਰ ਉਹਨਾਂ 'ਚੋਂ 11 ਸਟੂਡੈਂਟਸ ਨੇ ਔਕਲੈਂਡ ਯੂਨੀਟੇਰੀਅਨ ਚਰਚ ਵਿੱਚ ਇਸ ਵਕਤ ਸੈਂਕਚੁਰੀ 'ਚ ਨੇ ਉੱਥੇ ਸ਼ਰਨ ਪਨਾਹ ਲਈ ਹੋਈ ਹੈ ਤੋ ਉਹਨਾਂ 'ਚੋਂ ਅਸੀਂ ਚਾਰ ਵਿਦਿਆਰਥੀਆਂ ਨਾਲ ਗੱਲ ਅੱਜ ਕਰਨੀ ਹੈ ਦੋਵਾਂ ਨਾਲ ਗੱਲ ਕਰ ਚੁੱਕੇ ਹਾਂ ਤੁਸੀਂ ਸੁਨੀਲ ਦੀ ਗੱਲ ਸੁਣ ਚੁੱਕੇ ਹੋ ਹਫੀਜ਼ ਦੀ ਗੱਲਬਾਤ ਸੁਣੀ ਹੈ ਹੁਣ ਅਸੀਂ ਪ੍ਰਦੀਪ ਵੀ ਉਹਨਾਂ ਵਿਦਿਆਰਥੀਆਂ 'ਚੋਂ ਇੱਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਵੈਲਕਮ ਪ੍ਰਦੀਪ Hi, listeners. So, yeah. Pradeep, you are like all these other students, you have had deportation orders, yes. Unfair deportation orders. Yeah. We've already explained, not your fault, and our listeners know it because in the last 6 months we've been updating them about your situation and what's happening. So now, again, what do you think? So, it's been very hard situation for us, every student. Is getting emotional. Yeah. But this inefficiency of immigration and luck and profit motive of colleges leads us to a vulnerable situation. Absolutely. So I feel very bad about these things. So I request all the community to extend their support and write a mail to Immigration Minister Michael Woodhouse to get the support from the Immigration Minister. And ask them to extend their sympathy towards getting a visa. That's it. Absolutely. And because we usually share this show on YouTube and then it gets shared through social media. So there will be possibly other students listening and people, young people back in India who may be thinking of coming to New Zealand as students. What message would you like to give to them? Just I request all the students who wants to come to New Zealand just to go with the New Zealand immigration website and find whatever the information is good for them and ask the college is it true and correct and get the correct information from them and inquire with your known people from New Zealand it's better absolutely and avoid agents most of the times avoid agents just take them a small advice not don't trust them and also there's a an investigation report published investigation report by Immigration New Zealand that lists about 57 agents just in Hyderabad recently Commerce Commission investigation going on most of the colleges in Auckland so be aware of that colleges I believe you were approached to help with them can you talk about that a little bit please actually Commerce Commission approached me regarding my college asking the support how the colleges are recruiting the agents on behalf based on the commission so most of the colleges are recruiting the agents based on the commission agents took a large amount of commissions from the college and they gave students to the colleges with a huge amount of fees like $20,000 so most of the agents get almost 30 to 40% of the college fees so if you apply through onshore it mostly roughly it gets around 5,000 but when you apply from offshore it comes around 20,000 so you are losing almost 15,000 so don't go with agents or never trust colleges information and never go to I suggest never go to PTEs which is private training establishments go to a well known colleges or reputed colleges like MIT AUT maybe Unitec sort of good ones yeah and the
Commerce Commission, did when they asked you for help with inquiry, was this after you got your deportation notice? After I got this deportation letter. And so did they offer you any help with the situation you're in? No, they didn't offer any help, but they're just seeking the information on this, on my college. And about the agents. And they expected you to do all that voluntarily. Recently, I gave an interview to Radio New Zealand as well about this issue. Okay. Thank you, Pradeep. Now, this is very, these agencies, they expect these students to help with their investigations, but I think they also have to take some responsibility to help the students themselves. Yeah, because this is a situation no one should be in. Thank you, Pradeep. ਥੈਂਕ ਯੂ ਤੋ ਦੋਸਤੋ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਪ੍ਰਦੀਪ ਦੀ ਵੀ ਉਹੀ ਸਿਚੁਏਸ਼ਨ ਹੈ ਬਾਕੀ ਸਟੂਡੈਂਟਸ ਦੀ ਬਲਕਿ ਇੱਥੇ ਜਿਹੜਾ ਕਾਮਰਸ ਕਮਿਸ਼ਨ ਹੈ ਉਹਨਾਂ ਉਹ ਇਨਵੈਸਟੀਗੇਟ ਕਰ ਰਿਹਾ ਹੈ ਸਾਰੀ ਸਿਚੁਏਸ਼ਨ ਨੂੰ ਔਰ ਉਦੋਂ ਪ੍ਰਦੀਪ ਨੂੰ ਅਪਰੋਚ ਕੀਤਾ ਗਿਆ ਹੈਲਪ ਲਈ ਕਾਮਰਸ ਕਮਿਸ਼ਨ ਦੁਆਰਾ ਜਦੋਂ ਇਹਨਾਂ ਨੂੰ ਆਲਰੇਡੀ ਡਿਪੋਰਟੇਸ਼ਨ ਨੋਟਿਸ ਆ ਚੁੱਕਿਆ ਸੀ ਤੋ ਉਹਨਾਂ ਨੇ ਇਹ ਬਿਲਕੁਲ ਵੀ ਨਹੀਂ ਆਫਰ ਕੀਤਾ ਕਿ ਅਸੀਂ ਤੁਹਾਨੂੰ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਬਲਕਿ ਆਪਣੀ ਇਨਵੈਸਟੀਗੇਸ਼ਨ ਚੋਂ ਮਦਦ ਇਹਨਾਂ ਕੋਲੋਂ ਮੰਗ ਰਹੇ ਨੇ ਸੋ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਕਾਰ ਦੀਆਂ ਇੱਥੇ ਏਜੰਸੀਜ਼ ਨੇ ਉਹਨਾਂ ਦੀ ਅਕਾਊਂਟੇਬਿਲਿਟੀ ਰਿਸਪੋਂਸੀਬਿਲਿਟੀ ਇੱਕ ਇਨਸਾਨੀਅਤ ਵਾਲੇ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਅਗਰ ਕਿਸੇ ਸਟੂਡੈਂਟ ਕੋਲੋਂ ਹੈਲਪ ਮੰਗਦੇ ਨੇ ਇਨਵੈਸਟੀਗੇਸ਼ਨ ਲਈ ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਉਸ ਸਟੂਡੈਂਟ ਦੀ ਵੀ ਹੈਲਪ ਕਰਨੀ ਚਾਹੀਦੀ ਹੈ ਤੋ ਪ੍ਰੋਗਰਾਮ ਦੇ ਆਖਰ ਵਿੱਚ ਅਸੀਂ ਇੱਕ ਵਿਦਿਆਰਥੀ ਹੋਰ ਨੇ ਸਾਡੇ ਕੋਲ ਮਨੋਜ ਜਿਨ੍ਹਾਂ ਨਾਲ ਇਹੋ ਗੱਲਬਾਤ ਕਰਾਂਗੇ ਔਰ ਮਨੋਜ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਕਰਨਗੇ ਕਿ ਤੁਸੀਂ ਸਾਰੇ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ ਸੋ ਵੈਲਕਮ ਮਨੋਜ ਟੂ ਰੇਡੀਓ ਐਂਡ ਕਲੱਬ ਹਾਈ ਟੂ ਐਵਰੀਵਨ Okay, Manoj, what sort of appeal would you like to make to the listeners and the wider public out there, especially the Indian community? First of all, I am thankful to everyone from the Indian community who are going to come friend to support us, because now it's very important to our community to wake up and to help us like us in a situation. I don't know this situation came before or not. Maybe we are the first. And the few weeks back, last week, I heard that from a National Party MP, Kamaljit Bakshi, he said that the Indian community, are not supporting that to these students. But it was not true. And we are expecting a lot of people from Indian community also. But even though we need more of the people who are... Can I just interrupt and just explain more? Mr. Kamaljit Bakshi, actually, he writes a column in Indian Weekender. Yes. And in his column on Friday, I think it was, he wrote that these people are frauds and they should be sent back. So that's what you're referring to, right? Yes. Okay, yeah. And they are mentioning as a fraud, but but they hear the real fraud was not as by the immigration and the National Party people. Because they are Indian origin people, we are the Indians really suffering with a lot of issues. Even they are not even step out and just asking what is your problem at least once from not from the last 6 months, it's been from 8 months. Last May 17th we are facing this problem. But up to now he commenting on as a comparing with a faulty fridges. You know anything, if you faulty for faulty freezers, you will pay and get, you will be returned.
then what we are not in a fridges, we are human not beings. Objects, yeah, humans. Because, and even though you are getting money from the students and you are not paying for them as a free or anything, I request all the people to understand what the scenario and situation, because now more than the people who are coming to the church by day are going increasing. And they are understanding this much of fraudulent things has been the agents and you are punished by the government. It's not unfair. Everyone is talking and end of the day. And everyone is asking what type of help we can do still. And I'm requesting everyone, every person from Indian or Kiwi or Fiji, whatever the nationality, we have a injustice. We need asking for a justice. I'm requesting behalf of all the students, please come and put one mail to Michael Hood House in his website and his associate minister. He's David Bennett. Yeah. And if it is possible, please pop up in a Facebook. If you search in a Michael Hood House MP, you can pop up in a message. At least it will be showing that Indian community is still us, because the Bakshi is misplacing all the Indian community messages to the National Party, because they want money from India and they don't want Indians from New Zealand. Yeah. That is their main motto, I think. Even I requesting all, once again, we are going the protest march on this Saturday at Ponson Bay, 1A Ponson Bay. I request all Indian community and Telugu community and Telangana community, I request you all the people to come and support us and join. Please show us solidarity, and I'm requesting, it was an injustice what we happened as a student. You please raise the voice and tell the government in a supporting us. It will be reaches the message to the government. It was an injustice what they are going to do. Thank you. Thank you, Manoj. Yeah, very important that you've raised the issue about Mr. Bakshi. The article that I read in Indian Weekender was on Friday evening, and that same day in the afternoon, David Bennett, who is the Associate Immigration Minister, had made a statement. I'll actually speak in Punjabi, so my listeners understand. ਜਿਹੜੇ article ਦੀ ਅਸੀਂ ਗੱਲ ਕਰ ਰਹੇ ਹਾਂ, ਕਮਲਜੀਤ ਬਖਸ਼ੀ ਜਿਹੜੇ ਲਿਸਟ MP ਨੇ ਨੈਸ਼ਨਲ ਪਾਰਟੀ ਤੋਂ, ਜਿਨ੍ਹਾਂ ਕੋਲ ਸਾਡੇ ਸਟੂਡੈਂਟਸ ਜਿਹੜੇ ਇਸ ਵਕਤ ਚਰਚ 'ਚ ਨੇ, ਉਹਨਾਂ 'ਚੋਂ ਦੋ ਵਿਦਿਆਰਥੀ ਨੇ ਜਿਹੜੇ ਉਹਨਾਂ ਕੋਲ ਮਦਦ ਵਾਸਤੇ ਗਏ ਵੀ ਨੇ. ਸੋ ਆਉਂਦੇ ਪ੍ਰੋਗਰਾਮ 'ਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਮਿਸਟਰ ਬਖਸ਼ੀ ਨਾਲ ਉਹਨਾਂ ਦੀ ਕੀ ਮੁਲਾਕਾਤ ਹੋਈ, ਕੀ ਗੱਲ ਹੋਈ, ਔਰ ਕਿਸ ਤਰ੍ਹਾਂ ਦੀ ਮਦਦ ਉਹਨਾਂ ਨੂੰ ਮਿਲੀ ਜਾਂ ਨਹੀਂ ਮਿਲੀ. ਸੋ ਆਉਂਦੇ ਸੋਮਵਾਰ ਗੱਲ ਕਰਾਂਗੇ. ਖੈਰ, ਜਿਹੜਾ ਸ਼ੁੱਕਰਵਾਰ ਨੂੰ ਉਹਨਾਂ ਦਾ ਉਹ ਕਾਲਮ ਹੈ ਅਖਬਾਰ ਵਿੱਚ, ਇੰਡੀਅਨ ਵੀਕੈਂਡਰ ਵਿੱਚ, ਉਹਦੇ ਵਿੱਚ ਕਲੀਅਰਲੀ ਉਹਦੀ ਹੈਡਲਾਈਨ ਵੀ ਇਹੋ ਸੀ ਕਿ ਇਹ ਜਿਹੜੇ ਵਿਦਿਆਰਥੀ ਨੇ ਫਰੋਡ ਨੇ, ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ, ਇਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ. ਉਸੇ ਹੀ ਦਿਨ ਉਹ ਆਰਟੀਕਲ ਜਿਹੜਾ ਮੇਰੇ ਕੋਲ ਉਹ ਛੱਪਣ ਤੋਂ ਪਹਿਲਾਂ ਸੀ ਕਿ ਡੇਵਿਡ ਬੈਨਟ ਜਿਹੜੇ ਡੈਪੂਟੀ ਨੇ ਇਮੀਗ੍ਰੇਸ਼ਨ ਮਿਨਿਸਟਰ, ਜਿਨ੍ਹਾਂ ਨੂੰ ਇਹ ਸਾਰਾ ਕੇਸ ਗੱਲਬਾਤ ਉਹਨਾਂ ਨੂੰ ਫਾਰਵਰਡ ਕਰ ਦਿੱਤੀ ਗਈ ਹੈ, ਉਹਨਾਂ ਦਾ ਇਹ ਬਿਆਨ ਸੀ ਕਿ ਅਸੀਂ ਤਫਤੀਸ਼ ਕਰ ਰਹੇ ਹਾਂ, ਅਗਲੇ ਕੁਝ ਦਿਨਾਂ ਤੱਕ ਇਹਨਾਂ ਵਿਦਿਆਰਥੀਆਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਏਗਾ. ਉਹ ਸਟੇਟਮੈਂਟ ਸੀ ਕਿ ਵੀ ਵਿਲ ਨਾਟ ਟੇਕ ਐਨੀ ਐਕਸ਼ਨ ਅਗੇਂਸਟ ਦੀਜ਼ ਸਟੂਡੈਂਟਸ ਅੰਟਿਲ ਨੈਕਸਟ ਵੀਕ. ਸੋ ਬਖਸ਼ੀ ਸਾਹਿਬ
ਆਪਣੇ ਹੀ ਇੱਕ ਕੁਲੀਗ ਦੀ ਜੋ ਗੱਲਬਾਤ ਹੈ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਤਰ੍ਹਾਂ ਦਾ ਇੱਕ ਆਰਟੀਕਲ ਲਿਖ ਰਹੇ ਨੇ ਸੋ ਇਹ ਮੇਰਾ ਖਿਆਲ ਹੈ ਕਿ ਸਾਡੇ ਲਈ ਕਾਫੀ ਹਾਸੋਹੀਣੀ ਗੱਲ ਵੀ ਬਣ ਜਾਂਦੀ ਹੈ ਇੱਕ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਉਹਨਾਂ ਦੇ ਬਾਕੀ ਜਿਹੜੇ ਸਾਥੀ ਨੇ ਉੱਪਰ ਜਿਹੜੀ ਮਿਨਿਸਟਰੀ ਹੈ ਉਹ ਕੀ ਕਹਿ ਰਹੀ ਹੈ ਔਰ ਇਹ ਕਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੈ ਕੂੜ ਪ੍ਰਚਾਰ ਹੈ ਆਪਣੇ ਸਮਾਜ ਵਿੱਚ ਫੈਲਾ ਰਹੇ ਨੇ ਸੋ ਇਹਦੇ ਤੇ ਜ਼ਿਆਦਾ ਗੱਲ ਆਉਂਦੇ ਸੋਮਵਾਰ ਹੋਏਗੀ ਕਿਉਂਕਿ ਕਮ ਸੇ ਕਮ ਦੋ ਵਿਦਿਆਰਥੀ ਇਹਨਾਂ ਵਿਦਿਆਰਥੀਆਂ ਚੋਂ ਬਖਸ਼ੀ ਸਾਹਿਬ ਹੋਰਾਂ ਕੋਲ ਹੀ ਸਭ ਤੋਂ ਪਹਿਲਾਂ ਗਏ ਨੇ ਮਦਦ ਵਾਸਤੇ ਤੋ ਉਹ ਬਾਰ ਬਾਰ ਕਹਿ ਦਿੰਦੇ ਨੇ ਮਿਸਟਰ ਬਖਸ਼ੀ ਕਿ ਮੈਂ ਤੇ ਇਹਨਾਂ ਨੂੰ ਕਿਹਾ ਕਿ ਮੈਨੂੰ ਆ ਕੇ ਮਿਲਣ ਮੇਰੇ ਕੋਲ ਕੋਈ ਆਇਆ ਹੀ ਨਹੀਂ ਮੀਡੀਆ ਵਿੱਚ ਇੰਨੀ ਚਰਚਾ ਹੋ ਰਹੀ ਹੈ ਤੁਹਾਡੇ ਦਫ਼ਤਰ ਦੇ ਬਾਹਰ ਇੱਕ ਸ਼ਾਂਤਮਈ ਪ੍ਰੋਟੈਸਟ ਹੋਇਆ ਹੈ ਕਈ ਕੁਝ ਚੱਲਿਆ ਹੈ ਇਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ ਅਗਰ ਨਾ ਵੀ ਸੰਪਰਕ ਕੀਤਾ ਹੋਏ ਜਦੋਂ ਕਮਿਊਨਿਟੀ ਵਾਸਤੇ ਤੁਹਾਨੂੰ ਇੱਕ ਅਹੁਦਾ ਜਿਹੜਾ ਦਿੱਤਾ ਗਿਆ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਖੁਦ ਵੀ ਅੱਗੇ ਚੱਲ ਕੇ ਆਓ ਔਰ ਪਤਾ ਲਗਾਓ ਕਿ ਕੀ ਪ੍ਰੋਬਲਮ ਹੈ ਔਰ ਤੁਸੀਂ ਉਹਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਅਗਰ ਇਹ ਸਾਰੀ ਗੱਲਬਾਤ ਦਾ ਜਿਹੜਾ ਆਊਟਕਮ ਹੈ ਅਗਰ ਪੋਜ਼ਿਟਿਵ ਨਹੀਂ ਵੀ ਆਉਂਦਾ ਕਿਉਂਕਿ ਉਹ ਸਾਨੂੰ ਪਤਾ ਨਹੀਂ ਹੈ ਕਿ ਕੀ ਆਊਟਕਮ ਆਏਗਾ ਅਸੀਂ ਬਿਲਕੁਲ ਪੂਰੀ ਤਰ੍ਹਾਂ ਹੋਪਫੁਲ ਹਾਂ ਕਿ ਪੋਜ਼ਿਟਿਵ ਹੀ ਹੋਏਗਾ ਆਊਟਕਮ ਅਗਰ ਨਹੀਂ ਵੀ ਪੋਜ਼ਿਟਿਵ ਹੁੰਦਾ ਤੋ ਇਹ ਜਿਹੜੇ ਇਹ ਸਾਡੇ ਭਾਰਤੀ ਮੂਲ ਦੇ ਜਿਹੜੇ ਐਮ ਪੀ ਨੇ ਬਖਸ਼ੀ ਸਾਹਿਬ ਔਰ ਡਾਕਟਰ ਪਰਮਾਰ ਅਗਰ ਇਹਨਾਂ ਨੇ ਜ਼ਰਾ ਜਿੰਨੀ ਵੀ ਮਦਦ ਕੀਤੀ ਹੁੰਦੀ ਹੈ ਸਾਰੀ ਸਿਚੁਏਸ਼ਨ ਚ ਕਮਿਊਨਿਟੀ ਵਿੱਚ ਸਮਾਜ ਵਿੱਚ ਇਹਨਾਂ ਦੀ ਇੱਜ਼ਤ ਬਹੁਤ ਜ਼ਿਆਦਾ ਵੱਧ ਜਾਣੀ ਸੀ ਔਰ ਇਹਨਾਂ ਦਾ ਪ੍ਰੋਫਾਈਲ ਬਹੁਤ ਹੋਰ ਉੱਪਰ ਉੱਚਾ ਚਲਾ ਜਾਣਾ ਸੀ ਔਰ ਇਹਨਾਂ ਦੇ ਜਿਹੜੇ ਬਸ਼ੱਕ ਕਰੀਅਰ ਪੋਲੀਟੀਸ਼ੀਅਨ ਹੀ ਨੇ ਸਮਾਜ ਸੇਵਕ ਨਹੀਂ ਮੈਂ ਇਹਨਾਂ ਨੂੰ ਕਹਾਂਗੀ ਕਰੀਅਰ ਪੋਲੀਟੀਸ਼ੀਅਨ ਨੇ ਸੋ ਇਹਨਾਂ ਦਾ ਕਰੀਅਰ ਵੀ ਅੱਗੇ ਵਧਣਾ ਸੀਗਾ ਇੱਕ ਛੋਟੀ ਜਿਹੀ ਅਗਰ ਵਿਦਿਆਰਥੀਆਂ ਦੀ ਸੁਣਵਾਈ ਇਹ ਕਰਵਾ ਦਿੰਦੇ ਤੋ ਖੈਰ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਔਰ ਇਤਿਹਾਸ ਵਿੱਚ ਇਹ ਸਾਰਾ ਕੁਛ ਦਰਜ ਹੋਏਗਾ ਕਿ ਕਿਹੜੇ ਜਿਹੜੇ ਇਹ ਸੋ ਕਾਲਡ ਲੀਡਰ ਨੇ ਕਿੰਨੇ ਕੀ ਕੀਤਾ ਕਿੰਨੇ ਕੀ ਨਹੀਂ ਕੀਤਾ ਇਹ ਇਤਿਹਾਸ ਵਿੱਚ ਡੈਫੀਨੇਟਲੀ ਦਰਜ ਰਹੇਗਾ ਤੋ ਆਉਂਦੇ ਸਮੇਂ ਚ ਜਿਹੜਾ ਕਿ ਵਿਦਿਆਰਥੀ ਤੁਹਾਨੂੰ ਦੱਸ ਚੁੱਕੇ ਨੇ ਕਿ ਤੁਸੀਂ ਆਪਣੇ ਤੌਰ ਤੇ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਇੱਕ ਤੇ ਜਿਹੜਾ ਉਹ ਪਟੀਸ਼ਨ ਚੱਲ ਰਿਹਾ ਜਸਟਿਸ ਫੋਰ ਇੰਡੀਅਨ ਸਟੂਡੈਂਟਸ ਉਹ ਵੀ ਤੁਸੀਂ ਸਾਈਨ ਕਰ ਸਕਦੇ ਹੋ ਉਹ change.org ਤੇ ਹੈ ਔਰ ਇੱਕ ਹੋਰ ਉਸ ਤੋਂ ਬਾਅਦ ਪਟੀਸ਼ਨ ਸ਼ੁਰੂ ਹੋਇਆ ਐਕਸ਼ਨ ਸਟੇਸ਼ਨ ਤੇ ਉਹ ਸਾਰੀ ਡਿਟੇਲ ਲੈਣ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ 021-206-5640 ਉਸ ਤੋਂ ਇਲਾਵਾ ਆਉਂਦੇ ਸਨਿਚਰਵਾਰ ਅਸੀਂ ਇੱਕ ਮਾਰਚ ਕਰਨ ਜਾ ਰਹੇ ਹਾਂ ਸਟੂਡੈਂਟਸ ਦੇ ਸਮਰਥਨ ਵਿੱਚ ਸਨਿਚਰਵਾਰ ਨੂੰ 3 ਵਜੇ ਦੁਪਹਿਰ ਇਹ ਮਾਰਚ ਹੋਏਗਾ ਔਰ ਟੀ ਐਸ ਸਕੁਏਅਰ ਜਿਹੜਾ ਔਕਲੈਂਡ ਵਿੱਚ ਹੈ ਉੱਥੋਂ ਚੱਲ ਕੇ ਅਸੀਂ ਔਕਲੈਂਡ ਯੂਨੀਟੇਰੀਅਨ ਚਰਚ ਆਵਾਂਗੇ ਬਿਲਕੁਲ ਛੋਟਾ ਜਿਹਾ ਡਿਸਟੈਂਸ ਹੈ ਤੋ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਹੈ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਖੁਦ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ਾਮਿਲ ਹੋਵੋ ਇਸ ਮਾਰਚ ਵਿੱਚ ਤਾਂ ਕਿ ਅਸੀਂ ਮਿਲ ਜੁਲ ਕੇ ਇਹ ਜਿਹੜੇ ਵਿਦਿਆਰਥੀ ਨੇ ਇਹਨਾਂ ਦੀ ਮਦਦ ਕਰ ਸਕੀਏ ਔਰ ਇਹਨਾਂ ਦੀ ਜਿਹੜੀ ਸੁਣਵਾਈ ਹੈ ਇਹਨਾਂ ਦੀ ਜਿਹੜੀ ਗੱਲਬਾਤ ਹੈ ਅੱਗੇ ਤੋਂ ਅੱਗੇ ਪਹੁੰਚਾਈਏ ਔਰ ਬਹੁਤ ਹੀ ਲੋਕ ਇਸ ਵਕਤ ਇਹਨਾਂ ਨੂੰ ਮਦਦ ਕਰ ਰਹੇ ਨੇ ਡੇਲੀ ਬੇਸਿਸ ਤੇ ਖਾਣਾ ਬਹੁਤ ਲੋਕ ਸਾਨੂੰ ਡੋਨੇਟ ਕਰਕੇ ਜਾਂਦੇ ਨੇ ਔਰ ਕਾਫੀ ਸਾਰੇ ਲੋਕਾਂ ਨੇ ਖੁਦ ਫੋਨ ਕਰਕੇ ਪੁੱਛਿਆ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਬਹੁਤ ਸਾਰੀਆਂ ਫੈਮਿਲੀਜ਼ ਬਿਲਕੁਲ ਸਧਾਰਨ ਫੈਮਿਲੀਜ਼ ਜਿਹੜੀਆਂ ਮਦਦ ਕਰ ਰਹੀਆਂ ਨੇ ਵਿੱਚ ਇੱਕ ਸਾਡੇ ਗੁਰੂ ਘਰ ਤੋਂ ਵੀ ਪਾਪਾ ਟੋਏ ਤੋਂ ਕੋਲਮਾਰ ਰੋਡ ਜਿਹੜਾ ਗੁਰਦੁਆਰਾ ਉਹਨਾਂ ਨੇ ਖੁਦ ਵਾਲੰਟੀਅਰਲੀ ਆ ਕੇ ਸਨਿਚਰਵਾਰ ਜਿਹੜੀ ਰੈਲੀ ਸੀਗੀ ਉਹਦੇ ਵਿੱਚ ਸਾਰੇ ਜਿੰਨੇ ਵੀ ਸ਼ਾਮਿਲ ਸਨ ਉਹਨਾਂ ਨੂੰ
ਲੰਗਰ ਮੁਹੱਈਆ ਕਰਵਾਇਆ ਔਰ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇੰਡੀਅਨ ਐਸੋਸੀਏਸ਼ਨ ਨੇ ਜਾਂ ਕੋਈ ਵੀ ਇਦਾਰੇ ਨੇ ਜਿਹੜੇ ਉਹ ਆਪਣੇ ਸੰਸਥਾ ਵੱਲੋਂ ਵੀ ਚਿੱਠੀਆਂ ਲਿਖ ਸਕਦੇ ਹੋ ਤੁਸੀਂ ਮਾਈਕਲ ਵੁੱਡ ਹਾਊਸ ਨੂੰ ਬਿਲ ਇੰਗਲਿਸ਼ ਨੂੰ ਉਹਨਾਂ ਨੂੰ ਗੂਗਲ ਸਰਚ ਕਰੋ ਉਹਨਾਂ ਦੇ ਕੋਂਟੈਕਟ ਡਿਟੇਲਸ ਆਰਾਮ ਨਾਲ ਮਿਲ ਜਾਂਦੇ ਨੇ ਸੋ ਮੈਂ ਦਰਖਾਸਤ ਕਰਾਂਗੀ ਕਿ ਪਰਸਨਲ ਤੌਰ ਤੇ ਇੰਡੀਵਿਜੁਅਲਸ ਵੀ ਚਿੱਠੀਆਂ ਲਿਖਣ ਜਿਹੜੀਆਂ ਸੰਸਥਾਵਾਂ ਨੇ ਚਾਹੇ ਉਹ ਧਾਰਮਿਕ ਸੰਸਥਾ ਹੈ ਸਮਾਜਿਕ ਸੰਸਥਾ ਹੈ ਕੋਈ ਕਲਚਰਲ ਐਸੋਸੀਏਸ਼ਨ ਹੈ ਸਾਰੇ ਆਪਣੇ ਆਪਣੇ ਤੌਰ ਤੇ ਤੁਸੀਂ ਲੈਟਰਸ ਲਿਖੋ ਔਰ ਤੁਸੀਂ ਅੱਜ ਹੀ ਕੰਮ ਕਰੋ ਕਿਉਂਕਿ ਇਸ ਵਕਤ ਜਿੰਨਾ ਪ੍ਰੈਸ਼ਰ ਬਣਿਆ ਹੋਇਆ ਹੈ ਅਸੀਂ ਉਹਨੂੰ ਮੇਨਟੇਨ ਰੱਖਣਾ ਔਰ ਹੋਰ ਵਧਾਉਣਾ ਹੈ ਪ੍ਰੈਸ਼ਰ ਜਿਹੜੀ ਚਰਚਿਸ ਵੱਲੋਂ ਜਿਹੜੀ ਮਦਦ ਹੋਈ ਹੈ ਅੱਜ ਜਿਹੜੀ ਪ੍ਰੈਸ ਸਟੇਟਮੈਂਟ ਗਈ ਹੈ ਪ੍ਰਧਾਨ ਮੰਤਰੀ ਨੂੰ ਉਹ ਹੀ ਸਟੇਟਮੈਂਟ ਗਈ ਹੈ ਔਰ ਮਾਈਕਲ ਵੁੱਡ ਹਾਊਸ ਨੂੰ ਉਹ ਇੱਥੋਂ ਦਾ ਬਿਲਕੁਲ ਟੋਪ ਲੈਵਲ ਜਿਹੜੇ ਚਰਚਿਸ ਦੇ ਉਹ ਕਾਰਕੁਨ ਨੇ ਉਹ ਨਾਲ ਲੋਕਾਂ ਨੇ ਚਿੱਠੀ ਲਿਖੀ ਹੈ ਅਗਰ ਅਸੀਂ ਉਸ ਤੋਂ ਉੱਪਰ ਜਾਣਾ ਤਾਂ ਉੱਪਰ ਹੁਣ ਉਹ ਰੋਮਨ ਕੈਥੋਲਿਕ ਚਰਚ ਦੇ ਜਿਹੜੇ ਪੋਪ ਨੇ ਪੋਪ ਫ੍ਰਾਂਸਿਸ ਵੈਟੀਕਨ ਸਿਟੀ ਚ ਬੈਠੇ ਨੇ ਉਹ ਅਗਲਾ ਕਦਮ ਹੋਏਗਾ ਸੋ ਇਹਦੇ ਤੋਂ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਗੱਲ ਕਿਹੜੇ ਲੈਵਲ ਤੇ ਪਹੁੰਚ ਚੁੱਕੀ ਹੈ ਸੋ ਇਹਦੇ ਤੋਂ ਇਹ ਵੀ ਮੈਂ ਆਸ ਕਰਦੀ ਹਾਂ ਕਿ ਸਾਡੀਆਂ ਜਿਹੜੀਆਂ ਇੱਥੇ ਭਾਰਤੀ ਮੂਲ ਦੇ ਜਿੰਨੇ ਵੀ ਬਛਿੰਦੇ ਇੱਥੇ ਨੇ ਉਹਨਾਂ ਨੇ ਜਿਹੜੀਆਂ ਸੰਸਥਾਵਾਂ ਇਦਾਰੇ ਬਣਾ ਰੱਖੇ ਨੇ ਹੁਣ ਵੇਲਾ ਹੈ ਸਾਰਿਆਂ ਨੂੰ ਇੱਕ ਸ਼ਲਾਘਾਯੋਗ ਕਦਮ ਪੁੱਟਣ ਦਾ ਔਰ ਇਹਨਾਂ ਵਿਦਿਆਰਥੀਆਂ ਦੀ ਹੈਲਪ ਕਰਨ ਦੀ ਔਰ ਅਗਰ ਤੁਹਾਡੀ ਇੰਨੀ ਕੁ ਇੱਕ ਹੈਲਪ ਨਾਲ ਇੱਕ ਚਿੱਠੀ ਲਿਖਣ ਨਾਲ ਚਾਹੇ ਆਊਟਕਮ ਪੋਜ਼ਿਟਿਵ ਨਾ ਵੀ ਆਵੇ ਆਉਣ ਵਾਲਾ ਸਮਾਂ ਜਿਹੜੇ ਆਉਣ ਵਾਲੇ ਫਿਊਚਰ ਚ ਵਿਦਿਆਰਥੀ ਹੋਣਗੇ ਉਹਨਾਂ ਨਾਲ ਇਹ ਇਨਜਸਟਿਸ ਕਰਨ ਲੱਗਿਆਂ ਜਾਂ ਧੱਕਾ ਕਰਨ ਨਾਲ ਵੀ ਵਾਰੀ ਸੋਚਣਗੇ ਕਿ ਪਹਿਲਾਂ ਅਸੀਂ ਇਸ ਤਰ੍ਹਾਂ ਕੀਤਾ ਸੀਗਾ ਕੁਝ ਥੋੜੇ ਜਿਹੇ ਲੋਕ ਅੱਗੇ ਆਏ ਸਨ ਆਵਾਜ਼ ਉਠਾਉਣ ਲਈ ਔਰ ਉਹ ਬਹੁਤ ਦ੍ਰਿੜਤਾ ਨਾਲ ਖੜੇ ਰਹੇ ਸਨ ਡਟ ਕੇ ਖੜੇ ਰਹੇ ਸਨ ਸੋ ਦੁਬਾਰਾ ਇਸ ਤਰ੍ਹਾਂ ਕਿਸੇ ਨਾਲ ਧੋਖਾ ਕਰਨ ਲੱਗਿਆਂ ਜਾਂ ਧੱਕਾ ਕਰਨ ਲੱਗਿਆਂ ਚਾਰ ਵਾਰੀ ਕੋਈ ਨਾ ਕੋਈ ਸੋਚੇਗਾ ਸੋ ਤੁਸੀਂ ਜਿੰਨਾ ਵੀ ਯੋਗਦਾਨ ਪਾਓਗੇ ਉਹ ਜ਼ਾਇਆ ਨਹੀਂ ਜਾਏਗਾ ਮੇਰਾ ਕਹਿਣ ਦਾ ਇਹ ਮਤਲਬ ਹੈ ਜਿਸ ਤਰ੍ਹਾਂ ਦੀ ਵੀ ਤੁਸੀਂ ਹੈਲਪ ਕਰੋਗੇ ਉਹ ਇਤਿਹਾਸ ਵਿੱਚ ਦਰਜ ਰਹੇਗੀ ਸਾਰੀ ਗੱਲਬਾਤ ਤੋ ਆਖਿਰ ਵਿੱਚ ਅਸੀਂ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਜਿਨ੍ਹਾਂ ਨੇ ਹੁਣ ਤੱਕ ਇੰਨੀ ਸਪੋਰਟ ਕੀਤੀ ਹੈ ਖਾਣੇ ਦੀ ਬਹੁਤ ਜ਼ਿਆਦਾ ਸਪੋਰਟ ਹੈ ਸਾਨੂੰ ਮੇਰਾ ਖਿਆਲ ਹੈ ਹੋਰ ਜ਼ਰੂਰਤ ਨਹੀਂ ਹੈ ਕਿ ਖਾਣਾ ਇੰਨਾ ਇਕੱਠਾ ਹੋ ਰਿਹਾ ਕਿ ਕਈ ਵਾਰੀ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜਿਹੜੀ ਮਾਲੀ ਮਦਦ ਹੈ ਉਹਦੀ ਖੈਰ ਇੰਨੀ ਕੋਈ ਜ਼ਿਆਦਾ ਸਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੀਆਂ ਸਪੋਰਟਿੰਗ ਔਰਗਨਾਈਜੇਸ਼ਨਸ ਨੇ ਇਹਨਾਂ ਵਿਦਿਆਰਥੀਆਂ ਦੀਆਂ ਉਹ ਆਪਣਾ ਵਕਤ ਦਿੰਦੀਆਂ ਨੇ ਪਰਿਵਾਰਾਂ ਨੂੰ ਪਿੱਛੇ ਪਾ ਕੇ ਆਪਣਾ ਵਕਤ ਦਿੰਦੀਆਂ ਨੇ ਸੋ ਫੰਡਸ ਜਿਹੜੇ ਨੇ ਉਹਨਾਂ ਦੀ ਕੋਈ ਖਾਸ ਸਾਨੂੰ ਜ਼ਰੂਰਤ ਨਹੀਂ ਹੈ ਪਰ ਕਾਫੀ ਸਾਰੇ ਲੋਕ ਜਿਹੜੇ ਆਕਲੈਂਡ ਤੋਂ ਬਾਹਰ ਰਹਿੰਦੇ ਨੇ ਉਹ ਫਿਜ਼ੀਕਲੀ ਗਰਾਊਂਡ ਲੈਵਲ ਤੇ ਆ ਕੇ ਮਦਦ ਨਹੀਂ ਕਰ ਸਕਦੇ ਉਹਨਾਂ ਲਈ ਫਿਰ ਉਹ ਆਸਾਨ ਰਹਿੰਦਾ ਹੈ ਸੋ ਉਹ ਅਗਰ ਤੁਸੀਂ ਉਸ ਤਰ੍ਹਾਂ ਮਦਦ ਕਰਨਾ ਚਾਹੁੰਦੇ ਹੋ ਉਹਦੇ ਲਈ ਵੀ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦੇ ਥਰੂ ਤੁਸੀਂ ਕਰ ਸਕਦੇ ਹੋ ਜਾਂ ਜਿਹੜਾ ਚਰਚ ਹੈ ਆਕਲੈਂਡ ਯੂਨੀਟੇਰੀਅਨ ਚਰਚ ਤੁਸੀਂ ਡਾਇਰੈਕਟ ਉਹਨਾਂ ਨੂੰ ਵੀ ਫੰਡਸ ਦੀ ਮਦਦ ਕਰ ਸਕਦੇ ਹੋ ਕਿਉਂਕਿ ਇਹ ਖਾਣਾ ਬੇਸ਼ੱਕ ਡੋਨੇਟ ਹੁੰਦਾ ਹੈ ਪਰ ਉਹਨਾਂ ਦੀਆਂ ਬਾਕੀ ਜਿਹੜੀਆਂ ਸਰਵਿਸਿਸ ਨੇ ਬਿਜਲੀ ਪਾਣੀ ਦਾ ਜਿਹੜਾ ਖਰਚਾ ਉਹ ਉਹਨਾਂ ਨੇ ਚੁੱਕਣਾ ਹੈ ਸੋ ਤੁਸੀਂ ਡਾਇਰੈਕਟਲੀ ਉਹਨਾਂ ਦੀ ਵੀ ਮਦਦ ਕਰ ਸਕਦੇ ਹੋ ਨੰਬਰ ਮੈਂ ਇੱਕ ਵਾਰ ਫਿਰ ਆਪਣਾ ਦੁਹਰਾ ਦਿੰਦੀ ਹਾਂ 021-206-5640 ਮੇਰਾ ਨੰਬਰ ਹੈ ਅਨੂ ਦਾ ਨੰਬਰ ਹੈ ਅਗਰ ਤੁਸੀਂ ਇੱਥੇ ਸਟੂਡੀਓ 'ਚ ਕਾਲ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ 2-4 ਮਿੰਟ ਅਸੀਂ ਇੱਥੇ ਹੋਵਾਂਗੇ ਨੰਬਰ ਹੈ 815-8100-8100 ਸੋ ਤੁਹਾਨੂੰ ਅਸੀਂ ਅਗਲੇ ਸੋਮਵਾਰ ਤਾਂ ਇਸ ਪ੍ਰੋਗਰਾਮ 'ਚ ਦੁਬਾਰਾ ਮਿਲਾਂਗੇ ਇਹੋ ਹੀ ਟੋਪਿਕ ਲੈ ਕੇ ਔਰ ਦੋ ਵਿਦਿਆਰਥੀ ਜਿਹੜੇ ਕਮਲਜੀਤ ਬਖਸ਼ੀ ਹੋਰਾਂ ਨੂੰ ਮਿਲਣ ਗਏ ਸੀ ਉਹਨਾਂ ਦੇ ਨਾਲ ਅਸੀਂ ਰੂਬਰੂ ਤੁਹਾਨੂੰ ਕਰਾਂਗੇ ਕੀ ਉਹਨਾਂ ਦੀ ਗੱਲਬਾਤ ਰਹੀ ਉਸ ਤੋਂ ਪਹਿਲਾਂ ਸਨਿਚਰਵਾਰ ਨੂੰ ਜਿਹੜੀ ਇਹਨਾਂ ਲਈ ਅਸੀਂ ਸੋਲੀਡੈਰਿਟੀ ਮਾਰ
ਚਾਰਜ ਰੱਖਿਆ ਹੈ ਸਨਿਚਰਵਾਰ ਸ਼ਾਮ ਦੁਪਹਿਰ 3 ਵਜੇ ਆਊਟੀਐਸ ਸਕੁਆਇਰ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਔਰ ਹੁਮ ਹੁਮ ਆ ਕੇ ਆਉਣਾ ਤੁਸੀਂ ਆਪਣੇ ਸਾਈਨਸ ਪਲੈਕ ਕਾਰਡਸ ਜੋ ਵੀ ਤੁਹਾਨੂੰ ਅਪਰੋਪਰੀਏਟ ਮੈਸੇਜ ਲੱਗਦਾ ਉਹ ਬਣਾ ਕੇ ਲਿਆਓ ਔਰ ਉਸ ਤੋਂ ਪਹਿਲਾਂ ਅੱਜ ਹੀ ਅੱਜ ਦੇ ਅੱਜ ਮੈਂ ਤੁਹਾਨੂੰ ਤਾਕੀਦ ਕਰਾਂਗੀ ਜ਼ਰੂਰ ਚਿੱਠੀਆਂ ਤੁਸੀਂ ਲਿਖੋ ਆਪਣੇ ਤੌਰ ਤੇ ਲਿਖੋ ਈਮੇਲਸ ਕਰੋ ਬਿਲ ਇੰਗਲਿਸ਼ ਨੂੰ ਮਾਈਕਲ ਵੁੱਡ ਹਾਊਸ ਨੂੰ ਅਗਰ ਤੁਹਾਡੀ ਕੋਈ ਸੰਸਥਾ ਹੈ ਕੋਈ ਗਰੁੱਪ ਹੈ ਉਹਦੇ ਥਰੂ ਵੀ ਤੁਸੀਂ ਜ਼ਰੂਰ ਚਿੱਠੀਆਂ ਈਮੇਲਸ ਲਿਖੋ ਕਿਉਂਕਿ ਅਗਰ ਅਸੀਂ ਹੁਣ ਨਹੀਂ ਐਕਟ ਕਰਾਂਗੇ ਤਾਂ ਸ਼ਾਇਦ ਬਹੁਤ ਲੇਟ ਹੋ ਜਾਏਗਾ ਔਰ ਆਉਣ ਵਾਲੇ ਸਮੇਂ 'ਚ ਜਿਹੜੇ ਹੋਰ ਸਾਡੀ ਅਗਲੀ ਜਨਰੇਸ਼ਨ ਹੈ ਯੰਗ ਬੱਚੇ ਨੇ ਜਿਹੜੇ ਪੜ੍ਹਨ ਆਉਣਾ ਚਾਹੁੰਦੇ ਨੇ ਆਪਣਾ ਜਿਹੜਾ ਭਵਿੱਖ ਹੈ ਉਹਨੂੰ ਜ਼ਿਆਦਾ ਰੋਸ਼ਨ ਕਰਨਾ ਚਾਹੁੰਦੇ ਆ ਉਹਨਾਂ ਲਈ ਕੰਮ ਜਿਹੜਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਸੋ ਸਾਡੀ ਔਰ ਤੁਹਾਡੀ ਇਹ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਬੱਚਿਆਂ ਦੀ ਮਿਲ ਜੁਲ ਕੇ ਜ਼ਰੂਰ ਮਦਦ ਕਰਦੇ ਰਹੀਏ ਮੈਂ ਨੋਟ ਕੀਤਾ ਹੁਣੇ ਕਿਸੇ ਸ਼ਾਇਦ ਲਿਸਨਰ ਦਾ ਫੋਨ ਵੀ ਆ ਰਿਹਾ ਸੀ ਉਹਨਾਂ ਨੂੰ ਰਿਕੁਐਸਟ ਹੈ ਕਿ ਜਦੋਂ ਸਾਡਾ ਗੀਤ ਚੱਲੇਗਾ ਤੁਸੀਂ ਉਸ ਦੌਰਾਨ ਸਾਨੂੰ ਜ਼ਰੂਰ ਫੋਨ ਦੁਬਾਰਾ ਕਰ ਸਕਦੇ ਹੋ 815-8100 'ਤੇ ਤੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਕਰਾਂਗੇ ਉਸ ਤੋਂ ਪਹਿਲਾਂ ਸਨਿਚਰਵਾਰ ਤੁਹਾਨੂੰ ਸਾਰਿਆਂ ਨੂੰ ਆਰਟੀਐਸ ਸਕੁਆਇਰ 3 ਵਜੇ ਮਿਲਾਂਗੇ ਇਨ ਦ ਮੀਨ ਟਾਈਮ ਕੋਈ ਵੀ ਅਪਡੇਟ ਆਏਗੀ ਪੋਜ਼ਿਟਿਵ ਨੈਗੇਟਿਵ ਅਸੀਂ ਤੁਹਾਨੂੰ ਇਨਫੋਰਮਡ ਰੱਖਾਂਗੇ ਤੁਸੀਂ ਕਿਸੇ ਵੀ ਵਕਤ ਮਤਲਬ ਕਿਸੇ ਵੀ ਦਿਨ ਸਵੇਰ ਦੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਕਲੈਂਡ ਯੂਨੀਟੇਰੀਅਨ ਚਰਚ 1A Ponson B Road 'ਚ ਜਾ ਕੇ ਇਹਨਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਸਕਦੇ ਹੋ ਖੁਦ ਜਾ ਕੇ ਪੁੱਛੋ ਅਗਰ ਤੁਹਾਡੇ ਮਨ 'ਚ ਕੋਈ ਡਾਊਟ ਹੈ ਕੋਈ ਸ਼ੱਕ ਸ਼ੁਬਾ ਹੈ ਕਿ ਇਹਨਾਂ ਨੇ ਸ਼ਾਇਦ ਕੁਛ ਗਲਤ ਕੀਤਾ ਤੁਸੀਂ ਖੁਦ ਜਾ ਕੇ ਪੁੱਛੋ ਇਹਨਾਂ ਦੇ ਲਾਇਰ ਨੇ ਐਲਸਟਰ ਮੈਕਲਮੌਂਟ ਉਹ ਪਿਛਲੇ 20 ਸਾਲ ਤੋਂ ਇਮੀਗ੍ਰੇਸ਼ਨ ਲਾਇਰ ਨੇ ਉਹ ਵੀ ਖੁੱਲ੍ਹ ਕੇ ਇੱਕ ਤਾਂ ਗੱਲ ਹੈ ਕਿ ਕਲਾਇੰਟ ਹੈ ਜਿਹੜਾ ਉਹਨੇ ਪੇ ਕੀਤਾ ਉਹਨਾਂ ਨੂੰ ਉਹਨਾਂ ਲਈ ਕੰਮ ਕਰਦੇ ਨੇ ਉਸ ਤੋਂ ਇਲਾਵਾ ਉਹ ਖੁੱਲ੍ਹ ਕੇ ਬੋਲ ਰਹੇ ਨੇ ਇੰਟਰਵਿਊਜ਼ ਦੇ ਰਹੇ ਨੇ ਮੀਡੀਆ ਨੂੰ ਖੁੱਲ੍ਹੇਆਮ ਕਹਿ ਰਹੇ ਨੇ ਕਿ ਕਸੂਰ ਇੱਥੇ ਦੂਸਰੇ ਪਾਸੇ ਆ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਔਰ ਜਿਹੜੇ ਯੂਨੀਟੇਰੀਅਨ ਚਰਚ ਦੇ ਜਿਹੜੇ ਮਿਨਿਸਟਰ ਨੇ ਫਾਦਰ ਕਲੇ ਨੈਲਸਨ ਉਹ ਵੀ ਬਹੁਤ ਇੰਟਰਵਿਊ ਦੇ ਚੁੱਕੇ ਨੇ ਸੋ ਤੁਸੀਂ ਉਹਨਾਂ ਨੂੰ ਵੀ ਆ ਕੇ ਪੁੱਛੋ ਕਿ ਉਹ ਕਿਉਂ ਇੰਨਾ ਮਜਬੂਰ ਫੀਲ ਕੀਤਾ ਉਹਨਾਂ ਨੇ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਸੋ ਕਾਫੀ ਕੁਛ ਤੁਹਾਨੂੰ ਜਾਣਕਾਰੀ ਮਿਲੇਗੀ ਤੋ ਦਿਓ ਇਜਾਜ਼ਤ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਅਲਵਿਦਾ
ਸੁਣਨਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab